कज बंदन सिमरो अंगद दोख निकंदन अमरदास गोर हृदय त्यामो त्यामो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम केर पाला परम केर पाला श्री गुरु गोबिंद सिंह बिशाला गुरु तेग बहादुर परम केर पाला परम केर पाला श्री गुरु गोबिंद सिंह बिशाला तरों तरा पर पुन पुन सीसा पुन पुन सीसा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदो कर अनुराग एकंकारा सतगुरु तेह प्रसाद सच होए वाहे गुरु जी की फतेह विघ्न विनाशन सोए तन तन सच्चे पातशाह गरीब नवाज अंतर जामी दीन दुनिया दे मालक सच्चे पातशाह धन धन सतगुरु श्री गुरु ग्रंथ साहिब महाराज जी दी पावन पवित्र हाजरी विखे चरण शरण विखे सुभाए मान सतगुरु जी दी सवाजी नवाजी सतगुरु जी दी प्यारी साध संगत जीओ आओ बड़े प्यार दे नाल दोवें हाथ जोड़ के गज के फतेह बुलाओ जी वाहिगुरु जी का खालसा वाहिगुरु जी की फतेह। अज गुरु के लालां दा शहादत वाला दिन है जिथे गुरु के लालां दा शहादत वाला दिन है उत्थे साध संगत जी गुरु माता धन माता जी माता गुजरी जी का भी शहादत वाला दिन है। आओ कुछ समा असी विचार करनी है ठंडा बुरज अत दी ठंड
5 ਸਾਲ ਦੀ ਉਮਰ ਦੇ ਬਾਬਾ ਫਤਿਹ ਸਿੰਘ ਸਾਹਿਬ ਜੀ ਜਦੋਂ ਚੌਂਕੜਾ ਮਾਰ ਕੇ ਉੱਥੇ ਬੈਠੇ ਹੋਣਗੇ, ਗੁਰਮੁਖੋ ਅੱਤ ਦੀ ਠੰਡ ਤੇ ਠੰਡੀ ਹਵਾ ਨੇ ਬੁੱਲ ਵੀ ਨੀਲੇ ਕੀਤੇ ਹੋਣਗੇ ਜੀ, ਹੱਡੀਆਂ ਵੀ ਚੀਰੀਆਂ ਹੋਣਗੀਆਂ। ਸਭ ਤੋਂ ਵੱਡਾ ਤਸੀਹਾ ਜਿਹੜਾ 3 ਦਿਨ ਦਾ ਸੀ ਨਾ, ਉਹ ਸੀ ਠੰਡ ਵਿੱਚ ਬੈਠਣਾ। ਸਾਧ ਸੰਗਤ, ਠੰਡ ਵਿੱਚ ਵੈਸੇ ਬਿਠਾ ਦਿਓ, ਛਕਿਆ ਛਕਾਇਆ ਪੂਰਾ ਹੋਵੇ ਬੰਦੇ ਨੇ, ਠੰਡ ਵਿੱਚ ਵੈਸੇ ਬਿਠਾ ਦਿਓ ਨਾ ਤੇ ਬਹਿਣਾ ਔਖਾ ਹੋ ਜਾਂਦਾ ਹੈ ਜੀ। ਪਰ ਜਿੱਥੇ ਠੰਡ ਵਿੱਚ ਬਿਠਾਇਆ ਗਿਆ 3 ਦਿਨ, ਉੱਥੇ ਇਹ ਵੀ ਬੜਾ ਤਸੀਹਾ ਸੀਗਾ, ਇਹਨਾਂ ਨੂੰ ਛਕਣ ਵਾਸਤੇ ਕੁਝ ਨਹੀਂ ਦੇਣਾ ਜੀ, ਖਾਣ ਵਾਸਤੇ ਕੁਝ ਨਹੀਂ ਦੇਣਾ, ਅੱਤ ਦੀ ਠੰਡ। ਤੇ ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ, ਠੰਡਾ ਬੁਰਜ ਹੈ ਨਾ ਜਿੱਥੇ ਅੱਜ, ਉੱਥੇ ਪਹਿਲਾਂ ਇਹਦੇ ਨਾਲ ਨਹਿਰ ਲੰਘਦੀ ਹੁੰਦੀ ਸੀ। ਕਈਆਂ ਇਹ ਵੀ ਆਖਿਆ ਵੀ ਵਜ਼ੀਰ ਖਾਂ ਗਰਮੀਆਂ ਵਿੱਚ ਇੱਥੇ ਪਾਣੀ ਇਕੱਠਾ ਕਰਕੇ ਰੱਖਦਾ ਹੁੰਦਾ ਸੀਗਾ, ਉਸ ਪਾਣੀ ਤੋਂ ਹਵਾ ਟੱਚ ਹੋ ਕੇ ਜਦੋਂ ਲੰਘਦੀ ਸੀ ਨਾ ਤੇ ਹਵਾ ਹੋਰ ਠੰਡੀ ਹੋ ਜਾਂਦੀ ਸੀ। ਠੰਡਾ ਬੁਰਜ ਗਰਮੀਆਂ ਵਿੱਚ ਅੱਜ ਦਾ ਏਸੀ ਕਮਰੇ ਦੀ ਨਿਆਈ ਸੀਗਾ, ਤੇ ਤੁਸੀਂ ਹਿਸਾਬ ਲਾਓ, ਅੱਤ ਦੀ ਠੰਡ, ਠੰਡਾ ਬੁਰਜ, ਧੁੰਦ ਪਈ ਹੋਈ ਸੀਗੀ, ਗੁਰੂ ਕੇ ਲਾਲਾ ਨੇ ਠੰਡੇ ਬੁਰਜ ਵਿੱਚ ਚੌਂਕੜੇ ਮਾਰੇ ਹਨ ਜੀ, ਮਾਤਾ ਜੀ ਨੇ ਚੌਂਕੜਾ ਮਾਰਿਆ। ਕੱਲ੍ਹ ਸਾਧ ਸੰਗਤ ਜੀ ਪਹਿਲੇ ਦਿਨ ਦੀ ਕਚਹਿਰੀ ਆਪ ਜੀ ਨੇ ਸ਼ਰਮਣ ਕੀਤੀ ਸੀ। ਮਾਤਾ ਜੀ ਨੇ ਅੱਜ ਤੱਕ ਸਾਹਿਬਜ਼ਾਦਿਆਂ ਨੂੰ ਆਪਣੇ ਤਨ ਤੋਂ ਦੂਰ ਨਹੀਂ ਸੀ ਕੀਤਾ, ਪਰ ਉਦੋਂ ਕੁਝ ਸਮੇਂ ਵਾਸਤੇ ਪਹਿਲੀ ਵਾਰੀ ਆਪਣੀ ਜ਼ਿੰਦਗੀ ਵਿੱਚ ਸਾਹਿਬਜ਼ਾਦਿਆਂ ਨੂੰ ਦੂਰ ਕੀਤਾ ਸੀਗਾ। ਅਤੇ ਸਾਧ ਸੰਗਤ, ਕੱਲ੍ਹ ਆਪਾਂ ਪੰਗਤੀ ਸਾਹਿਬ ਰਲ ਕੇ ਪੜ੍ਹੀ ਸੀ, ਅੱਜ ਵੀ ਰਲ ਕੇ ਪੜ੍ਹੋ ਜੋ ਮਾਤਾ ਜੀ ਨੇ ਸਿੱਖਿਆ ਦਿੱਤੀ ਸੀ ਸਾਹਿਬਜ਼ਾਦਿਆਂ ਨੂੰ। ਦਾਸ ਇਹ ਤਾਂ ਕਹਿ ਦਿੰਦਾ ਸਾਰੇ ਜਪੋ, ਕਿਉਂਕਿ ਉਹਦਾ ਕਾਰਨ ਇਹ ਹੈ, ਜਦੋਂ ਇਕੱਠੇ ਹੋ ਕੇ ਬੋਲਦੇ ਹਾਂ ਕੋਈ ਨਾ ਕੋਈ ਬੋਲ ਬੰਦੇ ਦੀ ਜ਼ੁਬਾਨ 'ਤੇ ਵੱਸਦਾ, ਅਤੇ ਸਾਧ ਸੰਗਤ ਦੀ ਸੁਰਤ ਵਿੱਚ ਉਹਦਾ ਵਾਸਾ ਹੋ ਜਾਏ ਤਾਂ ਬੜਾ ਅਸਰ ਪੈਂਦਾ ਇਹਨਾਂ ਗੱਲਾਂ ਦਾ ਜੀ। ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਸਿੱਖਿਆ ਦਿੱਤੀ ਸੀ, ਬੱਚਿਓ ਇਮਤਿਹਾਨ ਹੋਣਾ ਤੁਹਾਡਾ, ਬਸ ਇੱਕ ਗੱਲ ਦਾ ਚੇਤਾ ਰੱਖਿਓ, ਗੁਰੂ ਤੇਗ ਬਹਾਦਰ ਸਾਹਿਬ ਤੁਹਾਡੇ ਦਾਦਾ ਜੀ ਹਨ ਜੀ। ਉਹ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਸੀਸ ਕਟਵਾ ਲਿਆ, ਸੀਸ ਤੇ ਦੇ ਦਿੱਤਾ ਪਰ ਧਰਮ ਨਹੀਂ ਸੀ ਦਿੱਤਾ। ਬੇਟਾ ਹਮਰੇ ਬੰਸ ਰੀਤ ਇਮ ਆਈ, ਸੀਸ ਜਾਏ ਪਰ ਧਰਮ ਨਾ ਜਾਈ। ਸਾਡੇ ਬੰਸ ਦੀ ਰੀਤੀ ਹੈ, ਸਿਰ ਕਟਵਾ ਲੈਂਦੇ ਹਾਂ ਪਰ ਧਰਮ ਨਹੀਂ ਛੱਡਦੇ ਜੀ। ਬਾਬਾ ਫਤਿਹ ਸਿੰਘ ਸਾਹਿਬ ਕਹਿੰਦੇ ਸਨ, ਮਾਂ ਜੇ ਕਚਹਿਰੀ ਬਾਹਰ ਲੱਗੀ ਤੇ ਤੁਸੀਂ ਜਾ ਕੇ ਵੇਖਿਓ, ਬਾਹਰ ਬੁਰਜ ਤੇ ਖਲੋ ਕੇ ਵੇਖਿਓ, ਤੁਹਾਡਾ ਛੋਟਾ ਪੋਤਰਾ ਜਵਾਬ ਕਿਵੇਂ ਦੇਗਾ ਉਹਨਾਂ ਨੂੰ ਜੀ। ਸਾਧ ਸੰਗਤ, ਇਹ ਨਹੀਂ ਵੀ ਮੈਂ ਇਮੋਸ਼ਨਲ ਕਰਨ ਲਈ ਜਾਂ ਵਧਾ ਚੜਾ ਕੇ ਗੱਲ ਕਰ ਰਿਹਾ। ਬਾਬਾ ਫਤਿਹ ਸਿੰਘ ਸਾਹਿਬ ਪੁੱਤਰ ਕਿਹਦੇ ਹਨ? ਜਦੋਂ ਮਹਾਰਾਜ 10ਵੇਂ ਪਾਤਸ਼ਾਹ 5 ਸਾਲਾਂ ਦੇ ਸਨ ਨਾ, ਤੇ ਨਵਾਬ ਦੀ ਪਾਲਕੀ ਆਈ ਜੀ। ਜਦੋਂ ਨਵਾਬ ਦੀ ਪਾਲਕੀ ਆਈ, ਸਾਰੇ ਕਹਿੰਦੇ ਸਨ ਨਵਾਬ ਨੂੰ ਝੁੱਕ ਕੇ ਨਮਸਕਾਰ ਕਰੋ ਪਟਨਾ ਸਾਹਿਬ। ਸਤਿਗੁਰੂ ਗਰੀਬ ਨਵਾਜ ਆਪ ਆਪਣੇ ਸਾਥੀਆਂ ਨੂੰ ਕਹਿੰਦੇ ਸਨ, ਭਾਈ ਨਵਾਬ ਦੇ ਅੱਗੇ ਝੁਕਣਾ ਨਹੀਂ ਹੈ, ਅਸੀਂ ਕਹਿਣ ਲੱਗੇ ਝੁਕਣਾ ਨਹੀਂ ਹੈ, ਇਹ ਆਏਗਾ ਨਾ ਇਹ ਧੱਕੇ ਨਾਲ ਝੁਕਾਉਂਦੇ ਨੇ, ਇਹਦਾ ਮੌਜੂ ਉਡਾਉਣਾ ਅਸੀਂ ਮੌਜੂ ਜੀ। ਜਦੋਂ ਨਵਾਬ ਆਇਆ, ਮਹਾਰਾਜ ਸਾਹਿਬ ਨੇ ਮੌਜੂ ਉਡਾਇਆ ਜੀ ਉਹਦਾ, ਉਹਨੂੰ ਵੇਖ ਕੇ ਮਖੌਲ ਕੀਤਾ ਸੀਗਾ। ਕੁਝ ਸਿੱਖਾਂ ਨੇ ਢੱਕ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਚਿੱਠੀ ਲਿਖ ਦਿੱਤੀ ਸੀ, ਸਤਿਗੁਰੂ ਗੋਬਿੰਦ ਰਾਏ ਜੀ ਨੂੰ ਸਮਝਾਓ, ਇਹ ਨਵਾਬਾਂ ਦੇ ਨਾਲ ਮਹਾਰਾਜ ਬਹਿਸ ਕਰਦੇ ਹਨ, ਉਹਨਾਂ ਦਾ ਮਜ਼ਾਕ ਉਡਾਉਂਦੇ ਨੇ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮਨਾਮਾ ਅੱਜ ਵੀ ਪਟਨਾ ਸਾਹਿਬ ਦੀ ਧਰਤੀ 'ਤੇ ਪਿਆ ਹੈ। ਸਤਿਗੁਰੂ ਗਰੀਬ ਨਵਾਜ ਕਹਿੰਦੇ ਸਨ, ਸਰਬੱਤ ਸੰਗਤ ਪਟਨੇ ਕੀ ਗੁਰੂ ਰੱਖੇਗਾ, ਪਟਨੇ ਦੀ ਸਾਰੀ ਸੰਗਤ ਨੂੰ ਸਤਿਗੁਰੂ ਰੱਖਣਗੇ। ਅਤੇ ਨਾਲ ਆਖਿਆ, ਗੋਬਿੰਦ ਜੋ ਕੀਆ ਸੋ ਭਲਾ ਕੀਆ, ਸਾਡੇ ਪੁੱਤਰ ਨੇ ਮਾੜਾ ਕੁਝ ਨਹੀਂ ਕੀਤਾ, ਗੋਬਿੰਦ ਰਾਏ ਜੀ ਨੇ ਜੋ ਕੀਤਾ ਹੈ ਉਹ ਭਲਾ ਕੀਤਾ ਹੈ। ਅਤੇ ਨਾਲ ਸਤਿਗੁਰੂ ਜੀ ਨੇ ਸ਼ਬਦ ਆਖੇ ਸੀ, ਸਰਕਾਰੀ ਨਵਾਬ ਆਵੇ ਤਾਂ ਸਰਹੰਦੀ ਨਹੀਂ ਪਵਾਂਦੀ ਦੇਣੀ ਹੈ, ਇਹ ਨਹੀਂ ਉਹਦੇ ਪੈਰਾਂ 'ਚ ਜਾ ਕੇ ਖਲੋ ਜਾਣਾ
ਕਹਿਣ ਲੱਗੇ ਉਹਦੇ ਸਿਰ ਵਾਲੇ ਪਾਸੇ ਜਾ ਕੇ ਖਲੋ ਜਾਓ। ਕਹਿਣ ਲੱਗੇ ਗੁਰੂ ਦਾ ਦਰ ਝੁਕਦਾ ਨਹੀਂ ਹੈ। ਬਾਬਾ ਫਤਿਹ ਸਿੰਘ ਸਾਹਿਬ ਨੇ ਮਾਂ ਨੂੰ ਆਖਿਆ ਸੀ, ਮਾਂ ਜੇ ਕਚਹਿਰੀ ਬਾਹਰ ਲੱਗੇਗੀ ਨਾ ਇੱਕ ਵਾਰੀ ਵੇਖਿਓ ਤੁਹਾਡਾ ਫਤਿਹ ਸਿੰਘ ਜਵਾਬ ਕਿਵੇਂ ਦਏਗਾ। ਅਤੇ ਮਾਤਾ ਜੀ ਨੇ ਜੋ ਬਚਨ ਕਹੇ ਉਹ ਆਪਾਂ ਕੱਲ੍ਹ ਵੀ ਦੁਹਰਾਏ ਸੀ, ਉਹ ਫਿਰ ਦੁਹਰਾਓ। ਮਾਤਾ ਜੀ ਨੇ ਜਾਣ ਲੱਗਿਆਂ ਥਾਪੜੇ ਦਿੱਤੇ ਅਤੇ ਸ਼ਬਦ ਆਖੇ ਸਨ, ਸੂਬੇ ਦੀ ਕਚਹਿਰੀ ਵਿੱਚ ਕਦੇ ਵੀ ਨਾ ਡੋਲਿਓ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ, ਸੂਬੇ ਦੀ ਕਚਹਿਰੀ ਵਿੱਚ ਸੂਬੇ ਦੀ ਕਚਹਿਰੀ ਵਿੱਚ ਕਦੇ ਵੀ ਨਾ ਡੋਲਿਓ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ। ਬਚਨ ਕੀਤੇ ਸਨ ਡੋਲਣਾ ਨਹੀਂ, ਜਾ ਕੇ ਵਾਹਿਗੁਰੂ ਵਾਹਿਗੁਰੂ ਬੋਲਣਾ ਹੈ। ਕੱਲ੍ਹ ਦੀ ਕਥਾ ਤੁਸੀਂ ਸੁਣੀ ਸੀਗੀ, ਸਾਹਿਬਜ਼ਾਦੇ ਝੁਕੇ ਨਹੀਂ, ਛੋਟੀ ਬਾਰੀ ਖੋਲ੍ਹੀ ਸੀ ਪਰ ਸਿਰ ਨਹੀਂ ਝੁਕਾਇਆ, ਆਪਣਾ ਜੋੜਾ ਵਿਖਾਇਆ ਉਹਨਾਂ ਨੂੰ ਜੀ। ਕੱਲ੍ਹ ਦੇ ਦਿਨ ਤੁਸੀਂ ਸਰਵਣ ਕੀਤੀ ਕਥਾ, ਸਾਧ ਸੰਗਤ ਬੜਾ ਜ਼ੋਰ ਲਾਇਆ ਗਿਆ ਪਿਆਰ ਦੇ ਨਾਲ ਸਾਹਿਬਜ਼ਾਦਿਆਂ ਨੂੰ ਮਨਾਉਣ ਦਾ, ਪਰ ਸਾਹਿਬਜ਼ਾਦੇ ਪਿਆਰ ਨਾਲ ਨਹੀਂ ਮੰਨੇ। ਜਿਹੜੀ ਪਹਿਲੀ ਗੱਲ ਆਖੀ ਸੀ ਨਾ ਵੀ ਤੁਹਾਡੇ ਪਿਤਾ ਨੂੰ ਮਾਰ ਦਿੱਤਾ ਗਿਆ ਹੈ, ਬਾਬਾ ਜ਼ੋਰਾਵਰ ਸਿੰਘ ਸਾਹਿਬ ਕਹਿੰਦੇ ਸਨ, ਭਾਈ ਦੁਨੀਆਂ 'ਚ ਐਸੀ ਕੋਈ ਤਾਕਤ ਨਹੀਂ ਹੈਗੀ ਜਿਹੜੀ ਸਾਡੇ ਪਿਤਾ ਨੂੰ ਮਾਰੇ ਜੀ। ਕਦੀ ਇਮੈਜੀਨੇਸ਼ਨ ਕਰਕੇ ਵੇਖੋ, ਮੇਰੀ ਬੇਨਤੀ ਹੈ, ਤਰਦੀ ਤਰਦੀ ਕਥਾ ਸੁਣ ਲਓ, ਅਸੀਂ ਤਰਦੇ ਤਰਦੇ ਬੋਲੀ ਚੱਲੀਏ, ਕੋਈ ਲਾਭ ਨਹੀਂ ਹੋਏਗਾ ਜੀ। ਇਹਨੂੰ ਇਮੈਜੀਨੇਸ਼ਨ ਕਰਕੇ ਵੇਖੋ, 5 ਤੇ 7 ਸਾਲ ਦੇ ਬੱਚੇ ਕਚਹਿਰੀ 'ਚ ਖਲੋਤੇ ਨੇ, ਚਿੱਟੀਆਂ ਦਾੜੀਆਂ ਵਾਲੇ ਉਹਨਾਂ ਦਾ ਮਜ਼ਾਕ ਉਡਾਉਂਦੇ ਨੇ, ਔਖੇ ਸਵਾਲ ਉਹਨਾਂ ਨੂੰ ਪੁੱਛਦੇ ਨੇ ਜੀ। ਪਰ 5 ਤੇ 7 ਸਾਲ ਦੇ ਸਾਹਿਬਜ਼ਾਦੇ ਸਨ ਨਾ, ਇਹਨਾਂ ਦੀ ਉਮਰ ਹੀ ਬੱਚਿਆਂ ਵਾਲੀ ਹੈ, ਬ੍ਰਹਮ ਗਿਆਨੀ, ਉਹਨਾਂ ਦੀ ਹਰ ਗੱਲ ਦਾ ਮੂੰਹ ਤੋੜਵਾਂ ਜਵਾਬ ਦਿੰਦੇ ਨੇ ਉਹਨਾਂ ਨੂੰ ਜੀ। ਬੜੀ ਦਲੇਰੀ ਸੀਗੀ ਅੰਦਰ ਜੀ ਸਾਹਿਬਜ਼ਾਦਿਆਂ ਨੇ। ਪਹਿਲੇ ਦਿਨ ਗੁਰਮੁਖੋ ਨਾ ਲਾਲਚ ਹੀ ਕਬੂਲਿਆ, ਨਾ ਹੀ ਉਹਨਾਂ ਦਾ ਪਿਆਰ ਕਬੂਲਿਆ, ਬਸ ਚੜ੍ਹਦੀ ਕਲਾ ਦੇ ਨਾਲ ਜਵਾਬ ਦਿੱਤੇ, ਸਮਰੇ ਬੰਸ ਰੀਤ ਇਮ ਆਈ, ਸੀਸ ਦੀਆ ਸੀਸ ਜਾਏ ਪਰ ਧਰਮ ਨਾ ਜਾਈ। ਸਾਧ ਸੰਗਤ ਜਦੋਂ ਬਾਬਾ ਫਤਿਹ ਸਿੰਘ ਸਾਹਿਬ ਵਾਪਸ ਆਏ ਨਾ, ਅਤੇ ਬਾਬਾ ਫਤਿਹ ਸਿੰਘ ਸਾਹਿਬ ਆ ਕੇ ਜਿਵੇਂ ਬੱਚਾ ਵਧੀਆ ਨੰਬਰ ਲੈ ਕੇ ਆਵੇ ਅਤੇ ਬਸਤਵਾ ਭੁਆ ਕੇ ਮਾਰਦਾ ਅਤੇ ਮਾਂ ਨੂੰ ਚੰਬੜ ਜਾਂਦਾ, ਬਾਬਾ ਫਤਿਹ ਸਿੰਘ ਜੀ ਘੁੱਟ ਕੇ ਜਾ ਕੇ ਮਾਤਾ ਗੁਜਰੀ ਜੀ ਨਾਲ ਲੱਗ ਗਏ ਜੀ। ਮਾਂ ਤੁਹਾਡੇ ਪੁੱਤਰ ਦੀ ਪੱਗ ਹੋਰ ਉੱਚੀ ਕਰ ਰਹੇ ਹਾਂ। ਕਹਿਣ ਲੱਗੇ ਉਹਨਾਂ ਸਾਨੂੰ ਬੜਾ ਡਰਾਇਆ, ਬੜਾ ਧਮਕਾਇਆ ਪਰ ਆਪਾਂ ਡਰੇ ਕੋਈ ਨਹੀਂ। ਸਾਧ ਸੰਗਤ ਜੀ ਰਾਤ ਆਈ, ਇਹ ਕੋਈ ਕਥਾ ਵਾਲੀ ਰਾਤ ਨਹੀਂ ਸੀ ਹੈਗੀ ਵੀ 4-5 ਮਿੰਟ ਵਿੱਚ ਰਾਤ ਬਤੀਤ ਹੋ ਜਾਣੀ, ਰਾਤ ਪੁੰਜੇ ਬਹਿਣਾ, ਸਾਰੀ ਰਾਤ ਪੁੰਜੇ ਬਹਿਣਾ। ਮੈਂ ਕਹਿੰਦਾ ਗਰਮ ਲੀੜਾ ਨਾ ਦਿਓ ਸਾਨੂੰ, ਪਰ ਬਹਿਣ ਵਾਸਤੇ ਜਿਹੜਾ ਟਾਟ ਕਹਿੰਦੇ ਉਹ ਤਾਂ ਮੋਟਾ ਵਿਛਾ ਦਿਓ। ਪਰ ਸਾਧ ਸੰਗਤ ਕੋਈ ਟਾਟ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਪੁੰਜੇ ਚੌਂਕੜੇ ਮਾਰੇ, ਸਾਹਮਣੇ ਮਾਤਾ ਬੈਠੀ ਹੈ, ਰੱਜ ਕੇ ਮਾਤਾ ਜੀ ਪਿਆਰ ਕਰ ਰਹੇ ਨੇ ਜੀ, ਰੱਜ ਕੇ ਪਿਆਰ ਕਰ ਰਹੇ ਨੇ। ਪਤਾ ਸਵੇਰੇ ਕਚਹਿਰੀ ਲੱਗਣੀ ਹੈ, ਰਾਤ ਜਿਹੜੀ ਪੜ੍ਹਾਈ ਕਰਾਈ ਸੀ ਨਾ ਉਹ ਪੜ੍ਹਾਈ ਫਿਰ ਆਰੰਭੀ, ਫਿਰ ਦੱਸਿਆ ਵੱਡੇ ਬਾਬਿਆਂ ਬਾਰੇ, ਸਤਿਗੁਰੂ ਜੀ ਬਾਰੇ ਦੱਸਿਆ। ਅਤੇ ਸਾਧ ਸੰਗਤ ਬਸ ਇੱਕੋ ਗੱਲ ਮਾਤਾ ਜੀ ਬਾਰ ਬਾਰ ਦੁਹਰਾਉਂਦੇ ਨੇ, ਪੁੱਤਰ ਇੱਕ ਗੱਲ ਚੇਤਾ ਰੱਖਿਓ, ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ ਹੋ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁੱਤਰ ਹੋ। ਕਹਿਣ ਲੱਗੇ ਜੋ ਮਰਜ਼ੀ ਹੋ ਜੇ ਬਸ ਸਿਰ ਨਾ ਝੁਕਾਇਆ ਜੇ, ਭਾਵੇਂ ਕੁਝ ਵੀ ਤੁਹਾਡੇ ਨਾਲ ਕਰ ਲੈਣ ਪਰ ਉਹਨਾਂ ਦੀ ਗੱਲ ਨਾ ਜੇ ਮੰਨਿਆ ਜੇ, ਜੋ ਮਰਜ਼ੀ ਹੈ। ਬੱਚਾ ਜਿੰਨਾ ਮਰਜ਼ੀ ਲਾਇਕ ਹੋਵੇ ਸਾਧ ਸੰਗਤ, ਜਿੰਨਾ ਚਿਰ ਤੱਕ ਉਹਦਾ ਰਿਜ਼ਲਟ ਨਹੀਂ ਨਾ ਆ ਜਾਂਦਾ, ਮਾਂ ਨੂੰ ਸਹਿਮ ਬਣਿਆ ਰਹਿੰਦਾ, ਪਤਾ ਨਹੀਂ ਇਹ ਪੇਪਰ ਵਿੱਚ ਕੀ ਕਰਕੇ ਆਏਗਾ ਜੀ ਜਾਂ ਕੀ ਕਰਕੇ ਆਇਆ। ਮਾਤਾ ਜੀ ਦੇ ਅੰਦਰ ਵੀ ਬਸ ਸਹਿਮ ਹੈ, ਇਸ ਕਰਕੇ ਬਾਰ ਬਾਰ ਪ੍ਰੇਰਨਾ ਕਰਦੇ ਨੇ, ਭੁੱਲ ਨਾ ਜਾਇਓ
ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ ਹੋ। ਸਾਧ ਸੰਗਤ ਜੀ, ਅਗਲੇ ਦਿਨ ਦੀ ਕਚਹਿਰੀ ਲੱਗੀ। ਰਵਾਇਤ ਹੈ ਚਾਰ ਦੁਕਾਨਾਂ ਲਾਈਆਂ ਸਨ ਮਿਠਿਆਈ ਦੀ, ਇੱਕ ਖਿਡੌਣਿਆਂ ਦੀ ਦੁਕਾਨ ਲਾਈ ਹੈ, ਇੱਕ ਵਸਤਰਾਂ ਦੀ ਦੁਕਾਨ ਲਾਈ ਹੈ, ਇੱਕ ਸ਼ਸਤਰਾਂ ਦੀ ਦੁਕਾਨ ਲਾਈ ਹੈ ਜੀ। ਸਭ ਤੋਂ ਪਹਿਲਾਂ ਮਠਿਆਈ ਦੀ ਦੁਕਾਨ ਲਾਈ। ਪਤਾ ਕਿਉਂ? ਸਾਹਿਬਜ਼ਾਦਿਆਂ ਨੂੰ ਆਖਿਆ ਜੋ ਚੰਗਾ ਲੱਗਦਾ ਇੱਥੋਂ ਲੈ ਲਓ, ਪਰ ਸਾਹਿਬਜ਼ਾਦੇ ਭੁੱਖੇ ਵੀ ਨੇ, ਠੰਡ ਹੈ ਅੱਤ ਦੀ, ਭੁੱਖੇ ਵੀ ਨੇ, ਇਹ ਨਹੀਂ ਵੀ ਮਠਿਆਈ ਲੈ ਲਈਏ। ਮਠਿਆਈ ਦੀ ਦੁਕਾਨ ਆਈ ਤੇ ਲੰਘ ਗਏ। ਹੁਣ ਕੱਪੜਿਆਂ ਦੀ ਦੁਕਾਨ ਆ ਗਈ ਜੀ। ਜਦੋਂ ਕੱਪੜਿਆਂ ਦੀ ਦੁਕਾਨ ਆਈ ਨਾ, ਉਦੋਂ ਹੀ ਕਿਤੇ ਮਨ ਚ ਫੁਰਨਾ ਆ ਜੇ ਵੀ ਬੁਰਜ ਵਿੱਚ ਉੱਤੇ ਲੈ ਕੇ ਸੌਵਾਂਗੇ, ਕੱਪੜੇ ਹੀ ਲੈ ਲਈਏ। ਕੱਪੜਿਆਂ ਦਾ ਵੀ ਨਹੀਂ ਸਾਧ ਸੰਗਤ ਜੀ ਫੁਰਨਾ ਬਣਾਇਆ, ਖਿਡੌਣੇ ਤੇ ਉੱਕਾ ਹੀ ਨਹੀਂ ਪਸੰਦ। ਬਸ ਦੋਵੇਂ ਸਾਹਿਬਜ਼ਾਦਿਆਂ ਨੇ ਆਪਣੇ ਹੱਥ ਵਿੱਚ ਸ਼ਸਤਰ ਫੜ ਲਏ ਜੀ ਜਾ ਕੇ ਜੀ। ਕਹਿਣ ਲੱਗੇ ਤੇ ਜਨਮ ਤੋਂ ਬਾਗੀ ਨੇ, ਬਾਗੀ ਗੁਰੂ ਦੇ ਪੁੱਤਰ ਨੇ, ਜਨਮ ਤੋਂ ਬਾਗੀ ਨੇ। ਅੰਦਰ ਆਏ, ਪੂਰਾ ਜ਼ੋਰ ਲਾਉਂਦੇ ਵੀ ਵਜ਼ੀਰ ਖਾਂ ਨੂੰ ਮੱਥਾ ਟੇਕੋ, ਝੁਕੋ। ਪਰ ਜਦੋਂ ਅਸੀਂ ਆਪਣੇ ਵੱਡੇ ਬਾਬਿਆਂ ਦਾ ਇਤਿਹਾਸ ਪੜ੍ਹਦੇ ਹਾਂ ਨਾ ਸਾਹਿਬਜ਼ਾਦਿਆਂ ਦਾ, ਉਹ ਜ਼ੋਰ ਲਾਉਂਦੇ ਰਹੇ, ਧੱਕਾ ਕਰਦੇ ਰਹੇ ਵੀ ਵਜ਼ੀਰ ਖਾਂ ਦੇ ਅੱਗੇ ਸਿਰ ਝੁਕਾ ਦਿਓ। ਸਾਹਿਬਜ਼ਾਦੇ ਜ਼ੋਰ ਸਹਿੰਦੇ ਤੇ ਰਹੇ, ਪਰ ਸਿਰ ਨਹੀਂ ਝੁਕਾਉਂਦੇ ਰਹੇ ਜੀ। ਸਵਾਲ ਕੀਤਾ, ਬੱਚਿਓ ਜੇ ਤੁਹਾਨੂੰ ਛੱਡ ਦੀਏ ਤੇ ਕੀ ਕਰੋਗੇ? ਪਤਾ ਬਾਬਾ ਫਤਿਹ ਸਿੰਘ ਸਾਹਿਬ ਕੀ ਕਹਿੰਦੇ? ਕਹਿੰਦੇ ਦਾਦੀ ਮਾਂ ਕੋਲ ਜਾਵਾਂਗੇ, ਜੰਗਲ 'ਚ ਜਾਵਾਂਗੇ, ਆਪਣੇ ਸਿੰਘ ਇਕੱਠੇ ਕਰਾਂਗੇ। ਕਹਿਣ ਲੱਗੇ ਸਿੰਘ ਇਕੱਠੇ ਕਰਕੇ ਕੀ ਕਰੋਗੇ? ਕਹਿਣ ਲੱਗੇ ਜਦੋਂ ਸਿੰਘ ਇਕੱਠੇ ਕਰਾਂਗੇ ਨਾ, ਤੇ ਸਿੰਘ ਇਕੱਠੇ ਕਰਕੇ ਆ ਕੇ ਤੁਹਾਡੇ ਨਾਲ ਹੀ ਯੁੱਧ ਕਰਾਂਗੇ ਜੀ। ਬੱਚਿਆਂ ਦੀ ਗੱਲ ਸੁਣ ਕੇ ਹੈਰਾਨ ਹੋ ਗਏ, ਇਹ ਬੋਲਦੇ ਕਿਵੇਂ ਨੇ ਸਾਡੇ ਨਾਲ? ਕਹਿਣ ਲੱਗੇ ਫਿਰ ਕੀ ਕਰੋਗੇ ਜੇ ਹਾਰ ਗਏ? ਕਹਿਣ ਲੱਗੇ ਫਿਰ ਜਾਵਾਂਗੇ ਜੰਗਲ ਵਿੱਚ, ਸਿੰਘ ਇਕੱਠੇ ਕਰਾਂਗੇ, ਫੌਜ ਤਿਆਰ ਕਰਾਂਗੇ, ਆ ਕੇ ਫਿਰ ਤੁਹਾਡੇ ਨਾਲ ਲੜਾਂਗੇ, ਜੰਗ ਕਰਾਂਗੇ। ਕਹਿਣ ਲੱਗੇ ਬੱਚਿਓ ਜੇ ਫਿਰ ਹਾਰ ਗਏ ਤੇ ਕੀ ਕਰੋਗੇ? ਬਾਬਾ ਫਤਿਹ ਸਿੰਘ ਜੀ ਕਹਿੰਦੇ ਫਿਰ ਜਾਵਾਂਗੇ, ਸਿੰਘ ਇਕੱਠੇ ਕਰਾਂਗੇ, ਆ ਕੇ ਤੁਹਾਡੇ ਨਾਲ ਯੁੱਧ ਕਰਾਂਗੇ। ਕਹਿਣ ਲੱਗੇ ਕਿੰਨਾ ਕੁ ਚਿਰ ਤੱਕ ਯੁੱਧ ਕਰਦੇ ਰਹੋਗੇ? ਤੇ ਕਮਾਲ ਦੀ ਗੱਲ ਇਹ ਹੈ, 5 ਸਾਲ ਦੀ ਉਮਰ ਬਾਬਾ ਫਤਿਹ ਸਿੰਘ ਜੀ ਦੀ ਜੀ। ਕਿੰਨੀ ਕੁ ਉਮਰ ਹੁੰਦੀ ਸਾਧ ਸੰਗਤ ਜੀ? ਐਤਾਂ ਬਾਂਹ ਕੀਤੀ ਵਜ਼ੀਰ ਖਾਂ ਵੱਲ। ਕਹਿਣ ਲੱਗੇ ਜਿੰਨਾ ਚਿਰ ਤੱਕ ਤੁਹਾਡੇ ਵਜ਼ੀਰ ਖਾਂ ਦਾ ਸਿਰ ਨਹੀਂ ਵੱਢ ਲੈਂਦੇ। ਕਹਿਣ ਲੱਗੇ ਉਹਦੇ ਸਾਹਮਣੇ ਇਹ ਗੱਲ ਕਹਿਣਾ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪੋਤੀ ਬੋਲ ਸਕਦਾ ਹੈ ਜੀ, ਹਰ ਕੋਈ ਨਹੀਂ ਚੇ ਬੋਲ ਸਕਦਾ। ਜਾਂ ਜਿੰਨਾ ਚਿਰ ਤੱਕ ਅਸੀਂ ਨਹੀਂ ਸ਼ਹੀਦ ਹੋ ਜਾਂਦੇ, ਉਹਨਾਂ ਚਿਰ ਤੱਕ ਚੜ੍ਹਦੇ ਆਵਾਂਗੇ। ਉਹ ਬਚਨ ਬ੍ਰਹਮ ਗਿਆਨੀ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਸੀ। ਵਜ਼ੀਰ ਖਾਂ ਦੇ 2 ਟੋਟੇ ਹੀ ਹੋਏ ਸਨ ਜੀ, ਤੇ 2 ਟੋਟੇ ਭਾਈ ਫਤਿਹ ਸਿੰਘ, ਇੱਕ ਸਿੰਘ ਹੋਏ ਗੁਰਮੁਖੋ, ਉਹਨਾਂ ਨੇ ਕੀਤੇ ਸਨ ਉਹਦੇ ਜੀ। ਉਹਨਾਂ ਵੇਖਿਆ, ਇਹ ਤੇ ਜਵਾਬ ਬੜਾ ਦਿੰਦੇ ਨੇ ਸਾਹਿਬਜ਼ਾਦਿਆਂ ਨੂੰ ਮਨਾਉਣ ਵਾਸਤੇ ਨਾ, ਪਲੀਤੇ ਤੱਕ ਗੁਰਮੁਖੋ ਆ ਹੱਥਾਂ ਵਿੱਚ ਬਲਦੀਆਂ ਲੱਕੜਾਂ ਰੱਖੀਆਂ ਗਈਆਂ, ਸੜਦੀਆਂ ਲੱਕੜਾਂ ਰੱਖੀਆਂ ਗਈਆਂ, ਪੋਟੇ ਸਾੜ ਦਿੱਤੇ ਗਏ ਸਾਹਿਬਜ਼ਾਦਿਆਂ ਦੇ, ਪਰ ਸਾਹਿਬਜ਼ਾਦੇ ਡੋਲੇ ਨਹੀਂ ਜੀ। ਸਾਧ ਸੰਗਤ, ਮੈਂ ਪਿਛਲੀ ਵਾਰੀ ਇੱਕ ਵਿਦਵਾਨ ਨੂੰ ਸੁਣਿਆ, ਉਹ ਕਹਿੰਦਾ ਰੁੱਖ ਨਾ ਬੰਨ ਕੇ ਨਾ ਸਾਹਿਬਜ਼ਾਦਿਆਂ ਨੂੰ, ਰੁੱਖ ਨਾ ਬੰਨ ਕੇ, ਕਹਿੰਦੇ ਸੀ ਕੱਲ ਪਿਆਰ ਨਾਲ ਬੋਲੀ ਬੋਲਦੇ ਸਾਂ, ਅੱਜ ਸਖਤ ਬੋਲੀ ਬੋਲਾਂਗੇ। ਰੁੱਖ ਨਾਲ ਬੰਨ ਕੇ ਢੇਮਾ ਮਾਰਦੇ ਸਨ। ਬਾਬਾ ਫਤਿਹ ਸਿੰਘ ਜੀ ਦੀ ਅੱਖ ਵਿੱਚ ਢੇਮ ਵੱਜੀ ਸੀਗੀ ਜੀ, ਪਰ ਡੋਲੇ ਨਹੀਂ ਜੀ ਉਹ ਜੀ। ਸਾਰੀ ਦਿਹਾੜੀ ਮਨਾਉਂਦੇ ਰਹੇ, ਕਹਿਣ ਲੱਗੇ ਅਸੀਂ ਧਰਮ ਨਹੀਂ ਆਪਣਾ ਛੱਡਣਾ। ਕੋਈ ਲਾਲਚ ਨਹੀਂ ਉਹਨਾਂ ਨੇ ਪ੍ਰਵਾਨ ਕੀਤਾ। ਵਾਹਿਗੁਰੂ ਮਿਹਰ ਕਰੇ, ਅਸੀਂ ਸਾਹਿਬਜ਼ਾਦਿਆਂ ਦੇ ਬੱਚੇ ਹਾਂ। ਸਾਹਿਬਜ਼ਾਦੇ ਬਹੁਤ ਵੱਡੇ, ਠੀਕ ਹੈ ਉਮਰ 5-7 ਸਾਲਾਂ ਦੀ ਹੈ, ਪਰ ਸਾਨੂੰ ਤੇ ਸਾਹਿਬਜ਼ਾਦਿਆਂ ਦੀ ਵੀ ਕਿਰਪਾ ਦੀ ਜ਼ਰੂਰਤ ਹੈ ਜੀ। ਉਹ ਵੀ ਸਾਡੇ 'ਤੇ ਕਿਰਪਾ ਕਰ ਦੇਣ, ਬਖਸ਼ਿਸ਼ ਕਰ ਦੇਣ, ਰਹਿਮਤ ਕਰ ਦੇਣ,
ਸਾਹਿਬਜ਼ਾਦੇ ਵੱਡੇ ਵੱਡੇ ਲਾਲਚ ਤੋਂ ਘਬਰਾਏ ਨਹੀਂ, ਅਸਰ ਨਹੀਂ ਕਬੂਲਿਆ। ਸਾਧ ਸੰਗਤ ਇੱਥੇ ਬੰਦੇ ਦਾ ਕੋਈ ਪਤਾ ਨਹੀਂ, 5-10 ਰੁਪਏ ਦੇ ਬਦਲੇ ਆਪਣਾ ਈਮਾਨ ਵੇਚ ਦੇਵੇ ਜੀ, ਕੋਈ ਪਤਾ ਨਹੀਂ ਹੈਗਾ। ਸਤਿਗੁਰੂ ਮਿਹਰ ਕਰ ਲੈਣ, ਬਸ ਫਿਰ ਕੀ ਸੀ, ਕਿਤੇ 2 ਦਿਨ ਦੀ ਕਚਹਿਰੀ ਦਾ ਜ਼ਿਕਰ ਮਿਲਦਾ, ਕਿਤੇ 3 ਦਿਨ ਦੀ ਕਚਹਿਰੀ ਦਾ ਜ਼ਿਕਰ ਮਿਲਦਾ ਹੈ। ਪਰ 3ਜੇ ਦਿਨ ਵੀ ਉਹ ਸਵਾਲ ਕੀਤੇ ਗਏ ਅਤੇ ਸਤ ਸੰਗਤ ਜੀ ਅਖੀਰ 'ਤੇ ਫਤਵਾ ਲਾ ਦਿੱਤਾ ਗਿਆ। ਕਹਿਣਾ ਸੌਖਾ ਹੈ, ਆਪਣੀਆਂ ਅੱਖਾਂ ਦੇ ਸਾਹਮਣੇ ਜੇ ਕੁਝ ਵਰਤੇ ਨਾ ਫਿਰ ਪਤਾ ਲੱਗਦਾ। ਸਤ ਸੰਗਤ ਜੀ ਇਹ ਕਹਿ ਦਿੱਤਾ ਗਿਆ ਇਹਨਾਂ ਬੱਚਿਆਂ ਨੂੰ ਕੱਲ੍ਹ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ ਜਾਏਗਾ ਜੀ, ਦਬਾ ਦਿੱਤਾ ਜਾਏ ਇਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ ਜਾਏ। ਹੁਣ ਅੱਜ ਸਾਹਿਬਜ਼ਾਦੇ ਅੰਤਮ ਸੁਨੇਹਾ ਲੈ ਕੇ ਦਾਦੀ ਕੋਲ ਚੱਲੇ ਜੀ। ਤੁਸੀਂ ਖੁਦ ਹਿਸਾਬ ਲਾਓ, ਜਦੋਂ ਮਾਂ ਗੁਜਰੀ ਨੂੰ ਪਤਾ ਲੱਗੇਗਾ ਨਾ ਵੀ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਜਾਣੇ ਨੇ, ਤੇ ਤੁਸੀਂ ਖੁਦ ਹਿਸਾਬ ਲਾਓ ਮਾਂ ਗੁਜਰੀ ਦੇ ਅੰਦਰ ਕੀ ਵਰਤੇਗਾ ਜੀ। ਜਦੋਂ ਉਸ ਮਾਤਾ ਨੂੰ ਪਤਾ ਲੱਗੇਗਾ 100 ਫੁਰਨੇ ਬਣਦੇ, ਕੱਲ੍ਹ ਨੂੰ ਜੇ ਮੈਂ ਆਪਣੇ ਪੁੱਤਰ ਨੂੰ ਮਿਲੀ ਕੀ ਆਖਾਂਗੀ ਵੀ ਮੈਂ ਬੱਚੇ ਨਹੀਂ ਬਚਾ ਸਕੀ ਜੀ, ਕੀ ਜਵਾਬ ਦਿਆਂਗੀ। ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਸਾਹਿਬ ਖੁਸ਼ ਤੇ ਹੋਏ ਜਦੋਂ ਪਤਾ ਲੱਗਾ ਵੀ ਨੀਹਾਂ 'ਚ ਚਿਣਿਆ ਜਾਏਗਾ। ਕਿਤੇ ਇਹ ਵੀ ਦਸ ਜ਼ਿਕਰ ਆਉਂਦਾ ਵੀ ਜਦੋਂ ਇਹ ਆਖਿਆ ਗਿਆ ਤੇ ਸਾਹਿਬਜ਼ਾਦੇ ਕੁਝ ਸਮੇਂ ਲਈ ਬੇਹੋਸ਼ ਵੀ ਹੋਏ ਸਨ। ਪਰ ਕਮਾਲ ਦੀ ਗੱਲ ਇਹ ਹੈ ਪੂਰੇ ਸਰਹੰਦ ਦੇ ਵਿੱਚ, ਸਰਹੰਦ ਦਾ 1 ਵੀ ਵਾਸੀ ਪੈਸੇ ਲੈ ਕੇ, ਲਾਲਚ ਲੈ ਕੇ ਕਿਸੇ ਵੀ ਪ੍ਰਕਾਰ ਦੇ ਨਾਲ ਨੀਹਾਂ ਚਿਣਨ ਦੇ ਵਾਸਤੇ ਤਿਆਰ ਨਹੀਂ ਸੀ ਹੈਗਾ ਜੀ। ਉਹ ਤੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੇ ਕਤਲ ਦਾ ਮੁਕੱਦਮਾ ਚੱਲ ਰਿਹਾ ਸੀ। ਉਹ ਅੱਗੇ ਆਏ, ਕਹਿਣ ਲੱਗੇ ਮਾਈ ਬਾਪ ਸਰਕਾਰ, ਜੇ ਤੁਸੀਂ ਸਾਨੂੰ ਬਖਸ਼ ਦਿਓ ਨਾ ਇਹ ਕੰਮ ਅਸੀਂ ਕਰ ਦਿਆਂਗੇ। ਵਜ਼ੀਰ ਖਾਂ ਖਾਂ ਕਹਿਣ ਲੱਗਾ ਫਿਰ ਕਰ ਦਿਓ। ਦੋਵੇਂ ਬਾਬੇ ਤੁਰੇ ਸਾਧ ਸੰਗਤ ਜੀ, ਤੇ ਤੁਰ ਕੇ ਠੰਡੇ ਬੁਰਜ ਕੋਲ ਪਹੁੰਚੇ। ਮਾਂ ਗੁਜਰੀ ਨੂੰ ਪਤਾ ਸੀ, ਉਧਰੋਂ ਜਦੋਂ ਆਖਿਆ ਨਾ ਵੀ ਨੀਹਾਂ 'ਚ ਚਿਣ ਦਿੱਤਾ ਜਾਏਗਾ, ਇੱਥੋਂ ਹਿਰਦੇ ਵਿੱਚ ਧੂ ਜੀ ਪਈ ਜੀ ਇੱਕ ਜੀ। ਦਿਲ ਨੂੰ ਦਿਲਾਂ ਲਈ ਰਾਹ ਹੁੰਦਾ ਗੁਰਮੁਖੋ, ਜਿਹੋ ਜੇ ਕਿਸੇ ਦੇ ਅੰਦਰ ਭਾਵਨਾ ਚੱਲਦੀ ਹੋਵੇ ਦੂਜੇ ਦੇ ਅੰਦਰ ਆਪੇ ਉਹੋ ਜਿਹੀ ਬਣ ਜਾਂਦੀ ਹੈ ਜੀ। ਜਦੋਂ ਆਏ ਘੁੱਟ ਕੇ ਬਾਬਾ ਫਤਿਹ ਸਿੰਘ, 5 ਸਾਲ ਦੀ ਉਮਰ ਸੀ ਸਾਰੀ, ਪਿਆਰ ਕੀਤਾ। ਬਾਬਾ ਫਤਿਹ ਸਿੰਘ ਕਹਿਣ ਲੱਗੇ ਮਾਂ ਅੱਜ ਰੱਜ ਕੇ ਪਿਆਰ ਕਰ ਲੋ, ਕਿਉਂ ਅੱਜ ਗਏ ਸਾਂ ਵਾਪਸ ਆ ਗਏ, ਕੱਲ ਨੂੰ ਜਦੋਂ ਤੁਹਾਡੇ ਕੋਲ ਜਾਣਾ ਪਰਤ ਕੇ ਵਾਪਸ ਨਹੀਂ ਆਉਣਾ। ਕਹਿਣ ਲੱਗੇ ਕੱਲ ਨੂੰ ਵਾਪਸ ਨਹੀਂ ਆਇਆ ਜਾਣਾ ਸਾਡੇ ਕੋਲੋਂ। ਮਾਂ ਨੇ ਪੁੱਛਿਆ ਪੁੱਤ ਕੀ ਗੱਲ? ਕਹਿਣ ਲੱਗੇ ਹੁਕਮ ਹੋ ਗਿਆ ਮਾਂ ਸਾਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏਗਾ। ਇੱਥੇ ਇੱਕ ਖਿੰਨ ਵਾਸਤੇ ਵਾਹਿਗੁਰੂ, ਮੈਨੂੰ ਮੈਂ ਕੇਵਲ ਫੀਲਿੰਗ ਬਣਾਉਣ ਵਾਸਤੇ ਕਹਿ ਰਿਹਾ ਵੀ ਮਹਿਸੂਸ ਹੋ ਜੇ ਸਾਨੂੰ, ਇਹਦੇ ਤੋਂ ਵੱਧ ਮੇਰਾ ਮਕਸਦ ਕੋਈ ਨਹੀਂ। ਕਿਤੇ ਤੁਹਾਡੇ ਕੰਨ 'ਚ ਪੈ ਜੇ ਨਾ ਵੀ ਸਾਡੇ ਬੱਚੇ ਨੂੰ ਨੀਂਹ ਵਿੱਚ ਚਿਣ ਦਿੱਤਾ ਜਾਏਗਾ, ਕੱਲ੍ਹ ਨੂੰ ਮਨ ਵਿੱਚ ਕੀ ਬਣੇਗਾ ਜੀ ਉੱਥੇ ਜੀ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਗੁਰਮੁਖੋ, ਜਦੋਂ ਗੁਰੂ ਗੋਬਿੰਦ ਸਿੰਘ ਦੀ ਮਾਤਾ ਦਾ ਜ਼ਿਕਰ ਕਰਦੇ ਹਾਂ ਨਾ ਆਪਣੀ ਮਾਤਾ ਦਾ ਚਿਹਰਾ ਸਾਹਮਣੇ ਲੈ ਕੇ ਆਇਆ ਕਰੋ ਜੀ। ਜਦੋਂ ਪੋਤਰਿਆਂ ਦਾ ਜ਼ਿਕਰ ਕਰਦੇ ਹਾਂ, ਜਿਹੜੇ ਬਜ਼ੁਰਗ ਨੇ ਉਹ ਆਪਣੇ ਪੋਤਰਿਆਂ ਨੂੰ ਉੱਥੇ ਰੱਖ ਕੇ ਵੇਖੋ ਜੀ ਇੱਕ ਵਾਰੀ ਜੀ। ਜਿਹੜੇ ਸਿਆਣੇ ਨੇ ਨਾ, ਜਿਹੜੇ ਅਜੇ ਬਜ਼ੁਰਗ ਨਹੀਂ ਵਾਹਿਗੁਰੂ ਅੱਧ ਖੜਨੇ, ਉਹ ਆਪਣੇ ਬੱਚਿਆਂ ਨੂੰ ਸਾਹਮਣੇ ਰੱਖ ਕੇ ਵੇਖ ਲਓ ਇੱਕ ਵਾਰੀ, ਅੰਦਰ ਖਿੱਚਿਆ ਜਾਏਗਾ, ਆਂਦਰਾਂ ਖਿੱਚੀਆਂ ਜਾਣਗੀਆਂ। ਜਦੋਂ ਮਾਂ ਨੂੰ ਪਤਾ ਲੱਗਾ ਪੋਤਰਿਆਂ ਨੇ ਕੱਲ੍ਹ ਵਾਪਸ ਨਹੀਂ ਆਉਣਾ, ਬਾਬਾ ਜ਼ੋਰਾਵਰ ਸਿੰਘ ਸਾਹਿਬ ਅਤੇ ਬਾਬਾ ਫਤਿਹ ਸਿੰਘ ਸਾਹਿਬ ਨੂੰ ਘੁੱਟ ਕੇ ਛਾਤੀ ਨਾਲ ਲਾਇਆ, ਬਸ ਕਹਿਣ ਲੱਗੇ ਪ੍ਰੀਖਿਆਵਾਂ ਹੋ ਗਈਆਂ, ਕੱਲ੍ਹ ਦੀ ਪ੍ਰੀਖਿਆ ਵਿੱਚ ਵੀ ਵਾਹਿਗੁਰੂ ਤੁਹਾਨੂੰ ਚੰਗੇ। ਕਹਿਣ ਲੱਗਾ ਕੱਲ੍ਹ ਦੀ ਪ੍ਰੀਖਿਆ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਸਫਲ ਰਹੋ। ਕਹਿਣ ਲੱਗੇ ਬਸ ਉਹ ਰਾਤ ਕਿਵੇਂ ਬਤੀਤ ਹੋਣੀ ਸੀ, ਭੁੰਜੇ ਬੈਠੇ ਨੇ, ਕੋਈ ਵਿਛਾਉਣਾ ਨਹੀਂ ਥੱਲੇ, ਭੁੰਜੇ ਸਾਹਮਣੇ ਬੈਠੇ ਨੇ, ਮਾਂ ਗੁਜਰੀ ਜੀ ਬੈਠੇ,
ਰੱਜ ਕੇ ਸਾਹਿਬਜ਼ਾਦਿਆਂ ਨੂੰ ਵੇਖਿਆ, ਪਤਾ ਸੀ ਕੱਲ੍ਹ ਵਾਪਸ ਨਹੀਂ ਆਉਣਾ। ਸਤਸੰਗਤ ਜੀ, ਬਜ਼ੁਰਗ ਦਾਦੀ ਅਤੇ ਬਜ਼ੁਰਗ ਬੱਚੇ, ਵਾਹਿਗੁਰੂ ਬਜ਼ੁਰਗ ਬੱਚੇ ਕਹਿਣ ਦਾ ਭਾਵ ਵੀ ਅੰਦਰੋਂ ਬਜ਼ੁਰਗ ਨੇ ਸਾਹਿਬਜ਼ਾਦੇ, ਤਨ ਬੱਚਿਆਂ ਵਾਲੇ ਨੇ, ਗੋਡਿਆਂ 'ਚ ਸਿਰ ਦਿੱਤੇ ਕਿਤੇ ਠੰਡ ਨਾ ਲੱਗ ਜੇ, ਪਿਆਰ ਨਾਲ ਬਚਾਇਆ। ਅਤੇ ਦਾਸ ਨੇ ਕੱਲ੍ਹ ਵੀ ਬੇਨਤੀ ਕੀਤੀ ਸੀ, ਵਿਦਵਾਨ ਗੁਰਮੁਖ ਪਿਆਰੇ ਕਵਿਤਾਵਾਂ ਵਿੱਚ ਬੜਾ ਰਸ ਭਰ ਦਿੰਦੇ ਜੀ, ਸਾਡੇ ਵੀ ਕਵਿਤਾ ਗਾਉਂਦੇ ਇਸ ਸਮੇਂ ਜੀ। ਦਾਦੀ ਦੇ ਮਨ ਦੀ ਭਾਵਨਾ ਹੁਣ ਮਾਂ ਸੋਚਦੀ ਹੈ, ਜਾਣਾ ਤੇ ਹੈ ਪਰ ਮੈਂ ਗੁਰੂ ਹਰਗੋਬਿੰਦ ਸਾਹਿਬ ਦੀ ਨੂੰਹ ਹਾਂ, ਗੁਰੂ ਤੇਗ ਬਹਾਦਰ ਸਾਹਿਬ ਦੀ ਪਤਨੀ ਹਾਂ, ਦਸਵੇਂ ਗੁਰੂ ਦੀ ਮਾਂ ਹਾਂ। ਇਹੋ ਜਿਹਾ ਕਰਮ ਕਰਾਂ ਜਿਹੜਾ ਪਹਿਲਾਂ ਨਾ ਹੋਇਆ ਹੋਵੇ। ਸਤਸੰਗਤ, ਕਲਗੀਆਂ ਪਤਾ ਕੌਣ ਲਾਉਂਦੇ ਸਨ? ਜਾਂ ਤੇ ਕਲਗੀਆਂ ਵਾਲੇ ਸਤਿਗੁਰੂ ਤੇ ਜਾਂ ਸਾਹਿਬਜ਼ਾਦੇ ਕਲਗੀ ਲਾਉਂਦੇ ਹੁੰਦੇ ਸਨ ਜੀ। ਚਾਰੇ ਸਾਹਿਬਜ਼ਾਦੇ ਕਲਗੀ ਲਾ ਲੈਂਦੇ ਹੁੰਦੇ ਸਨ, ਛੋਟੀਆਂ ਕਲਗੀਆਂ। ਬਸ ਉਹ ਛੋਟੀ ਕਲਗੀਆਂ ਦੀ ਤਿਆਰੀ ਆਰੰਭ ਕਰ ਦਿੱਤੀ, ਕੱਲ੍ਹ ਨੂੰ ਜਦੋਂ ਜਾਣਾ ਹੈ ਨਾ, ਅਤੇ ਵਜ਼ੀਰ ਖਾਂ ਹੋਣੀ ਵੀ ਕੀ ਸੋਚਣਗੇ, ਮੈਂ ਆਪਣੇ ਬੱਚਿਆਂ ਨੂੰ ਲਾੜੇ ਬਣਾ ਕੇ ਭੇਜਾਂਗੀ। ਕਹਿਣ ਲੱਗੀ, ਤੁਸੀਂ ਕਿਤੇ ਧਿਆਨ ਮਾਰਿਓ, 5 ਸਾਲ ਦਾ ਬੱਚਾ ਲਾੜਾ ਬਣਿਆ ਹੋਵੇ ਕਿੱਦਾਂ ਦਾ ਲੱਗੇਗਾ ਜੀ। ਮਾਂ ਨੇ ਬਣਾ ਕੇ ਤੋਰਨੇ ਸੀਗੇ, ਰਾਤ ਤਿਆਰੀਆਂ ਕੀਤੀਆਂ, ਸਾਰੀ ਰਾਤ ਮਾਂ ਗੁਜਰੀ ਨੂੰ ਨੀਂਦ ਨਹੀਂ ਸੀ ਆਈ ਜੀ, ਸਾਰੀ ਰਾਤ ਨੀਂਦ ਨਹੀਂ ਆਈ। ਇਹ ਹੈ ਵੀ ਕੱਲ੍ਹ ਪਤਾ ਨਹੀਂ ਹੁਣ ਕਿਹੜੇ ਭਾਣੇ ਵਰਤ ਜਾਣੇ ਜੀ। ਮਾਤਾ ਜੀ ਠੰਡੇ ਬੁਰਜ ਵਿੱਚ ਬੈਠੇ ਸ਼ਗਨ ਮਨਾ ਰਹੇ, ਮਾਨੋ ਕੱਲ੍ਹ ਨੂੰ ਮੇਰੇ ਜ਼ੋਰਾਵਰ ਸਿੰਘ, ਕੱਲ੍ਹ ਨੂੰ ਮੇਰੇ ਫਤਿਹ ਸਿੰਘ ਨੇ ਮੌਤ ਵਾਲੀ ਘੋੜੀ 'ਤੇ ਚੜ੍ਹਨਾ ਹੈ ਜੀ। ਆਪਾਂ ਪਿਛਲੇ ਸਾਲ ਵੀ ਪੜ੍ਹੀ ਸੀਗੀ ਉਹ ਕਵਿਤਾ, ਕਵੀਆਂ ਨੇ ਲਿਖੀ ਹੈ, ਬਾਣੀ ਨਹੀਂ ਹੈ ਇਹ, ਕਵੀਆਂ ਨੇ ਲਿਖੀ ਹੈ। ਪਰ ਜੇ ਤੁਸੀਂ ਧਿਆਨ ਮਾਰੋ ਨਾ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਵੀ ਆਪਣੇ ਦਰਬਾਰ ਵਿੱਚ ਰੱਖੇ ਸਨ, ਉਹ ਬਾਣੀ ਨਹੀਂ ਸੀ ਲਿਖਦੇ, ਉਹ ਕਵਿਤਾ ਰਚਦੇ ਸਨ। ਸਤਿਗੁਰੂ ਉਹਨਾਂ ਦੀ ਕਵਿਤਾ ਸੁਣ ਕੇ ਉਹਨਾਂ ਨੂੰ ਮਾਣ ਬਖਸ਼ਿਸ਼ ਕਰਦੇ ਸਨ ਜੀ। ਕਵੀ ਲਿਖਦਾ, ਠੰਡੇ ਬੁਰਜ 'ਚ ਬੈਠੀ ਮਾਤਾ ਸਗਨ ਕਰੇ, ਮਾਤਾ ਜੋਰਾਵਰ ਫਤਿਹ ਸਿੰਘ ਕੋੜੀ ਚੜੇ, ਠੰਡੇ ਬੁਰਜ 'ਚ ਬੈਠੀ ਮਾਤਾ ਸਗਨ ਕਰੇ, ਜੋਰਾਵਰ ਫਤਿਹ ਸਿੰਘ ਕੋੜੀ ਚੜੇ। ਮਾਤਾ ਸਗਨ ਮਨਾ ਰਹੀ ਸੀ, ਅੱਧੀ ਰਾਤ ਨੂੰ ਇੱਕ ਸ਼ਖਸੀਅਤ ਆਈ, ਭਾਈ ਮੋਤੀ ਰਾਮ ਮਹਿਰਾ ਜੀ। ਮੇਰੇ ਸਤਿਗੁਰੂ ਨੇ ਬਹੁਤ ਵੱਡੀ ਸੇਵਾ ਲਈ ਇਸ ਸਿੱਖ ਕੋਲੋਂ, ਕਿ ਲੋਹੀ 'ਚ ਦੁੱਧ ਦਾ ਡੋਲੂ ਲੁਕਾਇਆ ਸੀ, ਨਾਲ 2 ਗਲਾਸ ਸਨ, 3 ਗਲਾਸ ਸਨ। ਜਦੋਂ ਪੌੜੀਆਂ ਚੜ੍ਹੇ, ਰਸਤੇ 'ਚ ਥੱਲੇ ਲਾਲਚ ਦੇ ਕੇ ਆਏ ਸਨ, ਘਰ ਦੀ ਦੇ ਗਹਿਣੇ ਦੇ ਕੇ ਆਏ ਸਨ। ਜਦੋਂ ਉੱਪਰ ਚੜ੍ਹੇ, ਮਾਂ ਨੇ ਪੁੱਛਿਆ, ਤੂੰ ਕੌਣ ਹੈ? ਕਹਿਣ ਲੱਗੇ, ਮਾਂ ਮੈਂ ਰਸੋਈਆ ਹਾਂ। ਮਾਤਾ ਜੀ ਨੇ ਹੌਲੀ ਜਿਹੀ ਆਖਿਆ, ਉਹ ਵੀ ਰਸੋਈਆ ਹੀ ਸੀ ਜਿਹਦੇ ਕਰਕੇ ਅਸੀਂ ਇੱਥੇ ਪਹੁੰਚੇ ਹਾਂ ਜੀ। ਗੰਗੂ ਸਾਧ ਸੰਗਤ ਜੀ, ਉਹ ਵੀ ਰਸੋਈਆ ਹੀ ਸੀ ਜਿਹਦੇ ਕਰਕੇ ਅਸੀਂ ਇੱਥੇ ਪਹੁੰਚੇ। ਦੱਸਿਆ, ਮਾਂ ਮੈਂ ਉਹ ਰਸੋਈਆ ਨਹੀਂ, ਮੇਰਾ ਰਿਸ਼ਤੇਦਾਰੀ, ਮੇਰੀ ਰਿਸ਼ਤੇਦਾਰੀ ਬਾਬਾ ਹਿੰਮਤ ਸਿੰਘ ਜੀ, 5 ਪਿਆਰੇ ਜਿਹੜੇ ਹੋਏ ਉਹਨਾਂ ਦੇ ਨਾਲ ਸਾਡੀ ਰਿਸ਼ਤੇਦਾਰੀ ਹੈ। ਥੋੜ੍ਹਾ ਜਿਹਾ ਵਿਸ਼ਵਾਸ ਹੋਇਆ, ਦੱਸ ਕੀ ਕਰਨਾ, ਮੇਰੇ ਬੱਚੇ ਨੇ ਦੁੱਧ ਪੀਤਾ ਸੀ ਮਾਂ, ਤੁਹਾਡੇ ਬੱਚੇ 3 ਦਿਨਾਂ ਦੇ ਭੁੱਖੇ ਨੇ, ਉਹਨਾਂ ਵਾਸਤੇ ਦੁੱਧ ਲੈ ਕੇ ਆਇਆ, ਗਰਮ ਦੁੱਧ। ਅੱਤ ਦੀ ਠੰਡ, ਠੰਡਾ ਬੁਰਜ, ਹਵਾਵਾਂ ਠਰ ਰਹੀਆਂ, ਹੱਡੀਆਂ ਚੀਰਦੀਆਂ, ਗਰਮ ਗਰਮ ਦੁੱਧ ਦਾ ਗਲਾਸ ਸਾਹਿਬਜ਼ਾਦਿਆਂ ਦੇ ਹੱਥ 'ਚ ਆਇਆ। ਮਾਂ ਨੇ ਮੋਤੀ ਰਾਮ ਨੂੰ ਬੜੀਆਂ ਅਸੀਸਾਂ ਦਿੱਤੀਆਂ ਜੀ। ਇਹਦੇ ਨਾਲ ਹੀ ਥੋੜ੍ਹਾ ਜਿਹਾ ਨਿੱਘ ਮਿਲ ਜਾਏਗਾ। ਸਾਧ ਸੰਗਤ, ਦੁੱਧ ਪੀਤਾ, ਮਾਤਾ ਨੇ ਦੁੱਧ ਛਕਿਆ, ਗਲਾਸ ਕਹਿੰਦੇ ਉਹ ਸਾਂਭੇ ਪਏ ਜੀ ਉਹਨਾਂ ਨੇ। ਜਦੋਂ ਮਾਂ ਨੇ ਦੁੱਧ ਪੀ ਲਿਆ ਨਾ, ਫਿਰ ਨਾਮ ਪੁੱਛਿਆ, ਤੇਰਾ ਨਾਮ ਕੀ ਹੈ?
ਉਹਨੇ ਆਖਿਆ ਮਾਂ ਮੇਰਾ ਨਾਮ ਹੈ ਮੋਤੀ। ਬ੍ਰਹਮ ਗਿਆਨੀ ਮਾਤਾ ਦੇ ਮੁਖੋਂ ਬੱਚਨ ਨਿਕਲਿਆ ਮੋਤੀ, ਗੁਰੂ ਦੇ ਲਾਲਾਂ ਦੀ ਸੇਵਾ ਕੀਤੀ ਓ। ਕਹਿਣ ਲੱਗੇ ਜਗਤ ਵਿੱਚ ਮੋਤੀ ਦੀ ਤਰ੍ਹਾਂ ਚਮਕੇਗਾ। ਕਹਿਣ ਲੱਗੇ ਅੱਜ ਵੀ ਮੋਤੀ ਰਾਮ ਮਹਿਰਾ ਜੀ ਦੇ ਨਾਮ ਦਾ ਗੇਟ ਬਣਿਆ ਉੱਥੇ ਜੀ। ਮੋਤੀ ਰਾਮ ਮਹਿਰਾ ਜੀ ਦੇ ਬਾਰੇ ਇੱਕ ਗੇਟ ਬਣਿਆ ਤੇ ਜਿੱਥੇ ਮੋਤੀ ਰਾਮ ਮਹਿਰਾ ਜੀ ਦਾ ਗੁਰੂ ਘਰ ਹੈ ਨਾ ਉਹਨਾਂ ਦੇ ਨਾਮ ਤੇ, ਉੱਥੇ ਲਿਖਿਆ ਧਨ ਮੋਤੀ ਜਿਨ ਪੁੰਨ ਕਮਾਇਆ ਪੁੱਤਰਾਂ ਤਾਈ ਦੁੱਧ ਪਿਆਇਆ। ਫਤਿਹਗੜ੍ਹ ਸਾਹਿਬ ਵਿੱਚ ਨਵਾਬ ਟੋਡਰ ਵਾਹਿਗੁਰੂ ਜਿਹੜਾ ਪਠਾਨ ਸੀਗਾ ਸਾਧ ਸੰਗਤ ਜੀ, ਜਿਹਨੇ ਹਾ ਦਾ ਨਾਰਾ ਮਾਰਿਆ ਸੀਗਾ ਸਾਧ ਸੰਗਤ ਜੀ, ਉਹਦੇ ਨਾਮ ਦਾ ਵੀ ਮਲੇਰਕੋਟਲੇ ਦੇ ਨਵਾਬ ਦਾ ਵੀ ਸਾਧ ਸੰਗਤ ਜੀ ਗੇਟ ਬਣਿਆ ਹੋਇਆ ਜੀ। ਉਹਨੇ ਕਿਹਾ ਸੀ ਇਹ ਪਾਪ ਮੇਰੇ ਕੋਲੋਂ ਨਹੀਂ ਆਉਣਾ, ਉੱਠ ਕੇ ਚਲੇ ਗਿਆ ਸੀ ਸਭਾ ਵਿੱਚੋਂ। ਸਿੱਖ ਕੌਮ ਅੱਜ ਵੀ ਉਹਦੇ ਆਹ ਦੇ ਨਿਆਰੇ ਦਾ ਸਤਿਕਾਰ ਕਰਦੀ ਹੈ ਜੀ, ਉਹਦੇ ਕਰਕੇ ਉਹਦੀ ਰਿਆਸਤ ਦਾ ਸਤਿਕਾਰ ਕੀਤਾ ਜਾਂਦਾ ਜੀ। ਮਾਤਾ ਨੇ ਦੁੱਧ ਪੀ ਲਿਆ, ਮੋਤੀ ਰਾਮ ਘਰ ਨੂੰ ਚਲੇ ਗਿਆ। ਮੋਤੀ ਰਾਮ ਨੂੰ ਇਹ ਨਹੀਂ ਸੀ ਪਤਾ ਜਦੋਂ ਸਰਕਾਰ ਨੂੰ ਪਤਾ ਲੱਗੇਗਾ ਤੇ ਮੇਰਾ ਕੀ ਬਣੇਗਾ ਜੀ। ਬੜੀ ਵੱਡੀ ਸੇਵਾ ਮੇਰੇ ਸਤਿਗੁਰੂ ਨੇ ਇਹਦੇ ਕੋਲੋਂ ਲਈ ਜੀ। ਦਿਨ ਚੜਿਆ, ਮਾਂ ਨੂੰ ਕਿੱਥੋਂ ਨੀਂਦ ਆਉਣੀ ਸੀ, ਸਾਹਿਬਜ਼ਾਦਿਆਂ ਨੂੰ ਉਠਾਇਆ ਤੇ ਸਤ ਸੰਗਤ ਜੀ ਆਪ ਗੁਰਬਾਣੀ ਦਾ ਪਾਠ ਸੁਣਾਇਆ ਸਾਹਿਬਜ਼ਾਦਿਆਂ ਨੂੰ ਜੀ। ਪਾਠ ਸੁਣਾ ਕੇ ਤੋਰਨਾ ਛਪਾਈ ਲੈਣ ਆ ਗਏ। ਦੱਸਦੇ 11 ਕੁ ਵਜੇ ਦੇ ਸਮੇਂ ਸ਼ਹਾਦਤ ਹੋਈ ਸੀਗੀ ਸਾਹਿਬਜ਼ਾਦਿਆਂ ਦੀ। ਸਤ ਸੰਗਤ ਜੀ ਛਪਾਈ ਲੈਣ ਆ ਗਏ। ਜੋਗੀ ਅੱਲਾ ਯਾਰ ਖਾਂ ਲਿਖਦਾ ਜਾਣੇ ਸੇ ਪਹਿਲੇ ਆਓ ਮੁਖ ਦੁਲਾ ਤੋ ਲੂੰ, ਕੇਸੋਂ ਕੋ ਕੰਘੀ ਕਰੂੰ। ਕਹਿਣ ਲੱਗੇ ਕਲਗੀ ਸਜਾ ਤੋ ਲੂੰ ਬੇਟਾ, ਮਰਨੇ ਸੇ ਪਹਿਲੇ ਤੁਮੇ ਦੁੱਲਾ ਬਣਾ ਤੋ ਲੂੰ। ਉੱਥੇ ਸਾਧ ਸੰਗਤ ਜੀ ਦੁੱਲਾ ਬਣਾਇਆ। ਮਾਂ ਦਾਦੀ ਬਜ਼ੁਰਗ ਦਾਦੀ ਨੇ 5 ਸਾਲ ਤੇ 7 ਸਾਲ ਦੇ ਬਾਬਿਆਂ ਦੇ ਸੀਸ ਤੇ ਕਲਗੀ ਸਜਾ ਕੇ, ਨਵੇਂ ਚੋਲੇ ਨੀਲੇ ਰੰਗ ਦੇ ਸਜਾ ਕੇ ਜਦੋਂ ਦੁੱਲਾ ਬਣਾਇਆ, ਆਨੰਦਪੁਰ ਸਾਹਿਬ ਠੰਡੇ ਬੁਰਜ ਵਿੱਚ ਖਲੋਤਿਆਂ ਚੇਤੇ ਆ ਗਿਆ ਜੀ। ਇਸ ਤਰ੍ਹਾਂ ਤਿਆਰੀ ਤਾਂ ਉੱਥੇ ਕਰੀ ਦੀ ਸੀਗੀ, ਦੁੱਲੇ ਬਣਾਇਆ। ਫਿਰ ਆਖੋ ਠੰਡੇ ਬੁਰਜ ਚ ਬੈਠੀ ਮਾਤਾ ਸਗਨ ਕਰੇ, ਮਾਤਾ ਸਗਨ ਜੋਰਾਵਰ ਫਤਿਹ ਸਿੰਘ ਕੋੜੀ ਚੜੇ, ਠੰਡੇ ਬੁਰਜ ਚ ਬੈਠੀ ਮਾਤਾ ਸਗਨ ਕਰੇ, ਮਾਤਾ ਸਗਨ ਕਰੇ ਜੋਰਾਵਰ ਫਤਿਹ ਸਿੰਘ ਕੋੜੀ ਚੜੇ। ਬਸ ਤੋਰਨਾ ਜੀ ਛਾਤੀ ਨਾਲ ਵੀ ਲਾਇਆ, ਆਸ਼ੀਰਵਾਦ ਵੀ ਦਿੱਤਾ ਜੀ। ਫਿਰ ਬੇਨਤੀ ਆ ਗੁਰਮੁਖੋ, ਕਿਤੇ ਪਤਾ ਲੱਗ ਜੇ ਤੇ ਤੋਰਨਾ ਸੌਖਾ ਨਹੀਂ ਜੀ ਹੁੰਦਾ ਬੱਚਿਆਂ ਨੂੰ ਜੀ। ਸਰੀਰ ਤਿਆਗ ਦਿੱਤਾ ਹੋਏ ਨਾ, ਚਿਖਾ ਤੇ ਰੱਖਣ ਦੀ ਮਾਪਿਆਂ ਦੀ ਹਿੰਮਤ ਨਹੀਂ ਪੈਂਦੀ ਵੀ ਸੜ ਜਾਏਗਾ ਸਰੀਰ। ਜਿੰਦਿਆਂ ਜੀ ਤੋਰਨਾ ਤੇ ਬੜੀ ਵੱਡੀ ਗੱਲ ਹੈਗੀ ਹੈ ਜੀ। ਬਸ ਢਾਡੀ ਸੋਹਣ ਸਿੰਘ ਸੀਤਲ ਇੱਥੇ ਇੱਕ ਗੱਲ ਲਿਖਦੇ, ਉਹ ਕਹਿੰਦੇ ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਦੋਵੇਂ ਲਾਡਲੇ ਫਤਿਹ ਬੁਲਾ ਕੇ ਤੁਰ ਪਏ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ। ਬਾਬਾ ਫਤਿਹ ਸਿੰਘ ਜੀ, ਬਾਬਾ ਜੋਰਾਵਰ ਸਿੰਘ ਸਾਹਿਬ ਹੱਥ ਲਾ ਕੇ ਇਹਨਾਂ ਚਰਨਾਂ ਨੂੰ ਤੁਰ ਪਏ ਤੇ ਪੌੜੀਆਂ ਉਤਰ ਰਹੇ ਸਨ, ਨਾਲ ਸਿਪਾਹੀ ਉਤਰ ਰਹੇ, ਲਾੜਿਆਂ ਵਾਂਗੂ ਤਿਆਰ ਕੀਤੇ। ਇੱਕਦਮ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਬਾਬਾ ਫਤਿਹ ਸਿੰਘ ਸਾਹਿਬ ਬੂਹੇ ਚੋਂ ਪਰਤ ਕੇ ਵਾਪਸ ਆ ਕੇ ਨਾ ਮਾਂ ਨੂੰ ਫਿਰ ਸੀਨੇ ਨਾਲ ਲਾਇਆ, ਜੱਫੀ ਪਾਈ। ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕੁਰਾ ਕੇ, ਮਾਂ ਉਡੀਕਾਂਗੇ ਅਸੀਂ ਚਾਅ ਨਾਲ ਸੱਚਖੰਡ ਵਿੱਚ ਜਾ ਕੇ, ਸੱਚਖੰਡ ਵਿੱਚ ਜਾ ਕੇ ਉਡੀਕਾਂਗੇ। ਪਰਨਾ ਤੁਸਾਂ ਆਉਣਾ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਔਂਸੀਆਂ ਪਾ ਕੇ। ਤੁਸੀਂ ਜ਼ਿਆਦਾ ਚਿਰ ਨਾ ਲਾ ਕੇ ਆਇਓ, ਔਂਸੀਆਂ ਪਾਉਣੀਆਂ
ਤੁਹਾਡੇ ਚੋਂ ਕਈਆਂ ਨੂੰ ਪਤਾ ਹੈਗਾ ਲੀਕਾਂ ਖਿੱਚਦੇ ਹੁੰਦੇ ਸਨ ਨਿਆਣੇ, ਫਿਰ ਮਿਟਾ ਲੈਣੀਆਂ, ਫਿਰ ਖਿੱਚਣੀਆਂ, ਮਿਟਾ ਲੈਣਾ, ਇਹਨੂੰ ਕਹਿੰਦੇ ਔਂਸੀਆਂ ਪਾਉਣੀਆਂ। ਥੱਕ ਨਾ ਜਾਈਏ ਅੰਮੀਏ, ਅਸੀਂ ਔਂਸੀਆਂ ਪਾ ਕੇ ਸਾਡਾ ਜੀ ਨਹੀਂ ਲੱਗਣਾ, ਤੁਸੀਂ ਛੇਤੀ ਆਉਣਾ, ਨਹੀਂ ਤੇ ਰੁੱਸ ਪਊ ਫਤਿਹ ਸਿੰਘ ਤੇਰਾ ਜੀ ਪਰਚਾਉਣਾ। ਕਹਿੰਦੇ ਮਾਂ ਨੇ ਅੱਖੋ ਆਖਿਆ ਚੱਲੋ ਮੇਰੇ ਹੀਰਿਓ, ਮੈਂ ਮਗਰੇ ਆਵਾਂ, ਪੁੱਤਾਂ ਬਾਝੋ ਜਿਉਂਦੀਆਂ ਕਦ ਸੁਣੀਆਂ ਮਾਵਾਂ, ਪੁੱਤਰਾਂ ਦੁਆਲੇ ਰਾਮ ਕਾਰ ਮਾਵਾਂ ਦੀਆਂ ਬਾਵਾਂ, ਜਿੱਧਰ ਜਾਂਦੇ ਹੰਸ ਉਧਰ ਜਾਂਦੀਆਂ ਛਾਵਾਂ, ਵੇ ਲੋਕੋ ਮੈਂ ਤੋਰ ਘਰ ਦੀਆਂ ਰੌਣਕਾਂ ਸੱਚਖੰਡ ਵਸਾਵਾਂ। ਕਿਉਂ ਪਹਿਲਾਂ ਪਤੀ ਦਿੱਤਾ, ਪੰਜ ਭਨੇਵੇਂ ਗਏ ਨੇ, ਸਤਸੰਗਤ ਜੀ ਹੁਣ ਅੱਜ ਸਾਹਿਬਜ਼ਾਦੇ ਤੋਰਨ ਲੱਗੇ ਮਾਤਾ ਜੀ। ਮਾਤਾ ਗੁਜਰੀ ਜੀ ਦਾ ਬਹੁਤਾ ਪਰਿਵਾਰ ਸ਼ਹੀਦ ਹੈ ਸਤਸੰਗਤ ਜੀ, ਜਿਹਦੇ ਚਾਰੇ ਪੋਤਰੇ ਸ਼ਹੀਦ ਹੋਏ ਹੋਣ, ਪਤੀ ਸ਼ਹੀਦ ਹੋਇਆ ਹੋਵੇ, ਬੀਬੀ ਵੀਰੋ ਜੀ ਦੇ ਪੰਜ ਪੁੱਤਰ ਸਤਸੰਗਤ ਜੀ ਉਹ ਵੀ ਸ਼ਹੀਦ ਹਨ, ਤੇ ਮਾਤਾ ਗੁਜਰੀ ਜੀ ਉਹਨਾਂ ਦੇ ਮਾਮੀ ਜੀ ਲੱਗਦੇ ਹਨ ਜੀ। ਸਾਹਿਬਜ਼ਾਦੇ ਤੁਰੇ, ਮਾਤਾ ਜੀ ਬੁਰਜ ਤੇ ਖਲੋਤੇ ਵੇਖਦੇ ਕਿ ਜੋਰਾਵਰ ਫਤਿਹ ਸਿੰਘ ਘੋੜੀ ਚੜੇ, ਮਾਨੋ ਚੜ ਗਏ ਹੁਣ ਘੋੜੀ ਦੀ ਉਹ ਜੀ, ਤੇ ਨਾਲ ਸਾਧ ਸੰਗਤ ਜਿੱਥੋਂ ਤੱਕ ਪਿੱਠਾਂ ਵੇਖਦੀਆਂ ਸਨ ਵੇਖੀਆਂ, ਸਾਹਿਬਜ਼ਾਦੇ ਪਹੁੰਚੇ। ਅੱਜ ਬਾਹਰ ਹੀ ਕਾਰਾ ਵਰਤਣਾ ਸੀ ਸਾਰਾ, ਥੋੜ੍ਹੀ ਥੋੜ੍ਹੀ ਝਲਕ ਮਾਤਾ ਜੀ ਨੂੰ ਬੁਰਜ ਤੇ ਖਲੋਤਿਆਂ ਵੇਖਦੀ ਹੈ। ਆਖਿਆ ਬੱਚਿਆਂ ਨੂੰ ਸਾਹਮਣੇ ਆਖਿਆ ਗਿਆ, ਬੱਚਿਓ ਅਜੇ ਵੀ ਸਮਾਂ ਮੰਨ ਜਾਓ। ਸਾਹਿਬਜ਼ਾਦੇ ਕਹਿਣ ਲੱਗੇ ਅਸੀਂ ਜਵਾਬ ਦੇ ਚੁੱਕੇ ਹਾਂ, ਕਿੰਨੀ ਵਾਰੀ ਜਵਾਬ ਦਈਏ, ਸਾਨੂੰ ਧਰਮ ਪਿਆਰਾ ਹੈ। ਕਹਿਣ ਲੱਗੇ ਵੇਖ ਲਓ, ਕਹਿਣ ਲੱਗੇ ਵੇਖ ਲਿਆ, ਬਸ ਨੀਹਾਂ ਆਰੰਭ ਕਰਨੀਆਂ ਸੀ। ਦੱਸਦੇ ਵਿਦਵਾਨ ਰੱਬਾ ਫੁੱਟ ਪਵੇ ਫੁੱਟਣ ਜੋਗਿਆਂ ਨੂੰ, ਜਿਨ੍ਹਾਂ ਪਲ ਵਿੱਚ ਬਣਾਈ ਦੀਵਾਰ ਫੁੱਟ ਫੁੱਟ, ਉਹਨਾਂ ਨੂੰ ਫੁੱਟ ਜਿਨ੍ਹਾਂ ਨੇ ਪਲ ਵਿੱਚ ਫੁੱਟ ਫੁੱਟ ਦੀਵਾਰ ਖੜੀ ਕਰ ਦਿੱਤੀ ਜੀ ਸਾਹਿਬਜ਼ਾਦਿਆਂ ਦੇ ਸਰੀਰ ਉੱਤੇ ਜੀ। ਰੱਬਾ ਫੁੱਟ ਪਵੇ ਫੁੱਟਣ ਜੋਗਿਆਂ ਨੂੰ, ਜਿਨ੍ਹਾਂ ਪਲ ਵਿੱਚ ਬਣਾਈ ਦੀਵਾਰ ਫੁੱਟ ਫੁੱਟ, ਫੁੱਟ ਫੁੱਟ ਨੀਹਾਂ ਉੱਤੇ ਫੁੱਟ ਫੁੱਟ ਵਿੱਥ ਛੱਡ ਕੇ, ਉੱਤੇ ਖੜੇ ਕੀਤੇ ਹੋਣ ਹਾਰ ਫੁੱਟ ਫੁੱਟ। ਕਹਿਣ ਲੱਗੇ ਫੁੱਟ ਫੁੱਟ ਵਿੱਥ ਛੱਡਦੇ ਨੇ ਤੇ ਫੁੱਟ ਫੁੱਟ ਨੀਹਾਂ ਨੇ, ਫੁੱਟ ਫੁੱਟ ਹੀ ਸਾਹਿਬਜ਼ਾਦਿਆਂ ਦਾ ਕੱਦ ਹੈ। ਕਹਿਣ ਲੱਗੇ ਸਾਹਿਬਜ਼ਾਦਿਆਂ ਦੇ ਜਿਸਮ ਵਿੱਚੋਂ ਲਹੂ ਫੁੱਟ ਰਿਹਾ, ਪਿਆਰ ਵਾਲਿਆਂ ਦੇ ਨੇਤਰਾਂ ਵਿੱਚੋਂ ਹੰਝੂ ਫੁੱਟ ਰਹੇ ਨੇ। ਕਹਿਣ ਲੱਗੇ ਲਿਖਦੇ ਜਦੋਂ ਸਾਹਿਬਜ਼ਾਦਿਆਂ ਦੇ ਚਰਨਾਂ ਤੋਂ ਪਹਿਲਾਂ ਘੁੱਟਿਆ ਗਿਆ ਚੰਗੀ ਤਰ੍ਹਾਂ, ਲੱਤਾਂ ਤੱਕ ਆ ਗਏ ਆ ਸਤਸੰਗਤ ਜੀ, ਗੋਡਿਆਂ ਤੱਕ ਆ ਗਈ ਨੀ, ਬਾਬਾ ਫਤਿਹ ਸਿੰਘ ਸਾਹਿਬ ਦੀ ਚੱਪਣੀ ਪਹਿਲਾਂ ਅੱਗੇ ਆ ਗਈ, ਕੱਦ ਛੋਟਾ ਸੀਗਾ। ਜਦੋਂ ਇੱਟ ਤੋੜਨ ਲੱਗੇ ਨਾ, ਕਾਜੀ ਲਾਗੇ ਖਲੋਤਾ ਕਹਿਣ ਲੱਗਾ ਇੱਟ ਨਾ ਤੋੜੋ, ਜੇ ਚੱਪਣੀ ਆੜ ਰਹੀ ਹੈ ਤੇ ਇਹਨੂੰ ਤੋੜ ਦਿਓ ਵਿੱਚੋਂ, ਕਹਿੰਦੇ ਝਾੜ ਦਿੱਤੀ ਗਈ ਸੀ। ਕਿਉਂਕਿ ਇਹ ਨੀ ਵੀ ਉਹਨਾਂ ਵਿੱਚ ਗੈਬ ਛੱਡ ਕੇ, ਜਦੋਂ ਉਹਨਾਂ ਨੀਹਾਂ ਚਿਣਦੀਆਂ ਸਨ ਨਾ ਸਰੀਰ ਦੇ ਨਾਲ, ਇੱਟਾਂ ਰੋਕ ਕੇ ਸਾਹ ਬੰਦ ਕਰਨਾ ਸੀਗਾ ਅੰਦਰੋਂ ਜੀ। ਉਹ ਦੱਸਦੇ ਝਾੜ ਦਿੱਤੀਆਂ ਗਈਆਂ ਚੱਪਣੀਆਂ, ਬਾਬਾ ਜ਼ੋਰਾਵਰ ਸਿੰਘ ਸਾਹਿਬ ਥੋੜ੍ਹਾ ਜਿਹਾ ਮਹਿਸੂਸ ਕੀਤਾ, ਕਹਿਣ ਲੱਗੇ ਵੀਰ ਜੀ ਕੀ ਗੱਲ? ਕਹਿਣ ਲੱਗੇ ਆਇਆ ਤੇ ਮੈਂ ਸਾਂ ਪਹਿਲਾਂ, ਪਰ ਚੱਲੇ ਤੂੰ ਜਾਣਾ। ਕਹਿਣ ਲੱਗੇ ਦਾਦੇ ਦੀ ਗੋਦ ਵਿੱਚ ਪਹਿਲਾਂ ਤੂੰ ਪਹੁੰਚੇਗਾ। ਸਤਸੰਗਤ ਜੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਆਰੰਭ ਕੀਤਾ, ਨੀਹਾਂ ਬੰਦ ਵਿੱਚੋਂ ਜਪਜੀ ਸਾਹਿਬ ਜੀ ਦੇ ਪਾਠ ਦੀ ਆਵਾਜ਼ ਆਉਂਦੀ ਰਹੀ ਸੀਗੀ ਜੀ। ਸਾਹ ਘੁੱਟੇ ਗਏ, ਮਹਿਸੂਸ ਕਰੋ ਕਿਤੇ ਕੁਝ ਸਮੇਂ ਵਾਸਤੇ ਸਾਡੀ ਉਂਗਲ ਹੀ ਕੋਈ ਫੜ ਦੇ ਨਾ, ਅਸੀਂ ਛਡਾਉਣ ਦਾ ਯਤਨ ਕਰਦੇ। ਜਿੱਥੇ ਸਰੀਰ ਦੇ ਉੱਤੇ ਇੱਟਾਂ ਹੀ ਲੱਗ ਗਈਆਂ, ਮਸਾਲਾ ਲੱਗ ਗਿਆ, ਸਾਹ ਘੁੱਟ ਦਿੱਤੇ ਗਏ, ਪਰ ਪਤਾ ਨਹੀਂ ਵਾਹਿਗੁਰੂ ਦੀ ਕੀ ਹੋਣੀ। ਸਤਸੰਗਤ ਜੀ ਨੀਹਾਂ ਸਾਰੀਆਂ ਦੀਆਂ ਸਾਰੀ, ਜਿਹੜੀ ਨੀਂਹ ਦੀਵਾਰ ਉਸਾਰੀ ਸੀ ਨਾ, ਜਿਹਨੂੰ ਕਹਿੰਦੇ ਉਸਰ ਰਹੀ ਖੂਨੀ ਦੀਵਾਰ, ਲਾਲ ਖੜੇ ਦੋ
ਤੇ ਸਾਧ ਸੰਗਤ ਜੀ ਉਹ ਇਕਦਮ ਸਾਰੀ ਦੀ ਸਾਰੀ ਕੰਧ ਦੁਬਾਰਾ ਡਿੱਗ ਗਈ ਜੀ। ਸਾਹਿਬਜ਼ਾਦਿਆਂ ਦੇ ਸਰੀਰ ਔਖੇ ਹੋ ਵਿੱਚੋਂ ਸਾਹ ਲੈਣ, ਤੇ ਵਜ਼ੀਰ ਖਾਨ ਨੇ ਫਿਰ ਇਸ਼ਾਰਾ ਕੀਤਾ ਖਤਮ ਤੇ ਹੁਣ ਕਰਨਾ ਹੀ ਹੈ, ਇਹਨਾਂ ਦੀ ਸਾਹ ਰਗ ਕੱਟ ਦਿੱਤੀ ਜਾਏ ਜੀ। ਸਾਧ ਸੰਗਤ ਜੀ ਮੈਂ ਫਿਰ ਬੇਨਤੀ ਕਰਾਂ, ਮਹਿਸੂਸ ਕਰਕੇ ਵੇਖਿਓ ਸਾਹ ਰਗ ਕੀ ਹੁੰਦੀ, ਆਪਣੇ ਇੱਥੇ ਦੇ ਕਰਦ ਰੱਖ ਕੇ ਵੇਖ ਲਿਓ ਜੀ, ਤੁਹਾਨੂੰ ਪਤਾ ਲੱਗ ਜਾਏਗਾ ਇੱਥੇ ਜਦੋਂ ਕਰਦ ਚੱਲੀ ਹੋਏਗੀ ਕੀ ਬਣਿਆ ਹੋਏਗਾ ਜੀ। ਖੰਜਰ ਚੱਲੇ ਵਾਹਿਗੁਰੂ। ਬਾਬਾ ਜ਼ੋਰਾਵਰ ਸਿੰਘ ਸਾਹਿਬ ਉਸੇ ਸਮੇਂ ਦਮ ਤੋੜਦੇ ਨੇ, ਪਰ ਇਤਿਹਾਸਕਾਰ ਲਿਖਦੇ ਜਦੋਂ ਬਾਬਾ ਫਤਿਹ ਸਿੰਘ ਸਾਹਿਬ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਅੱਤ ਦਾ ਪਿਆਰ ਕਰਦੇ ਸਨ, ਬਾਬਾ ਫਤਿਹ ਸਿੰਘ ਸਾਹਿਬ ਨੂੰ ਦੀ ਜਦੋਂ ਸਾਹ ਰਗ ਕੱਟੀ ਗਈ, ਖੂਨ ਵਗਿਆ, ਤੇ ਦੱਸਦੇ ਕਹਿਣ ਲੱਗੇ 12.5 ਮਿੰਟ ਬਾਬਾ ਜੀ ਚਰਨ ਮਾਰਦੇ ਰਹੇ ਸੀਗੇ ਜੀ, ਸਰੀਰ ਤੜਪਦਾ ਰਿਹਾ ਜੀ। 12.5 ਮਿੰਟ ਬਾਬਾ ਫਤਿਹ ਸਿੰਘ ਸਾਹਿਬ ਪੈਰ ਮਾਰਦੇ ਰਹੇ, ਚਰਨ ਮਾਰਦੇ ਰਹੇ, ਸਰੀਰ ਤਿਆਗੇ ਗਏ। ਕਹਿੰਦੇ ਉਦੋਂ ਮੋਤੀ ਰਾਮ ਮਹਿਰਾ ਇਕਦਮ ਰੋ ਪਿਆ ਉੱਚੀ ਸਾਰੀ, ਪੁੱਛਿਆ ਇਹ ਕੌਣ ਹੈ? ਕਹਿਣ ਲੱਗੇ ਜੀ ਵਜ਼ੀਰ ਖਾਂ ਆਪਣਾ ਹੀ ਰਸੋਈਆ ਹੈ। ਕਹਿਣ ਲੱਗੇ ਫਿਰ ਇਹ ਰੋ ਕਿਉਂ ਰਿਹਾ, ਇਹ ਤੇ ਉਹਨਾਂ ਦੇ ਹੱਕ ਦਾ ਹੈ। ਵਿੱਚੋਂ ਸਿਪਾਹੀ ਬੋਲ ਪਏ ਜੀ ਰਾਤ ਇਹ ਦੁੱਧ ਵੀ ਪਿਆ ਕੇ ਆਇਆ। ਕਹਿਣ ਲੱਗਾ ਅੱਛਾ ਇਹਦਾ ਪਰਿਵਾਰ ਦਾ ਪਤਾ ਕਰੋ। ਪਰਿਵਾਰ ਦਾ ਪਤਾ ਕੀਤਾ ਗਿਆ ਸਾਧ ਸੰਗਤ, ਉਹਦੀ ਇੱਕ ਬੁੱਢੀ ਮਾਂ ਸੀ, ਇੱਕ ਪਤਨੀ ਸੀ, ਇੱਕ ਛੋਟਾ ਬੱਚਾ ਸੀ। ਕਹਿਣ ਲੱਗੇ ਸਜ਼ਾ ਦਿਓ, ਇਹਨੇ ਉਹਨਾਂ ਦੀ ਸੇਵਾ ਕੀਤੀ ਹੈ, ਸਾਰੇ ਪਰਿਵਾਰ ਨੂੰ ਕੋਹਲੂ ਦੇ ਵਿੱਚ ਪੀੜ ਦਿੱਤਾ ਜਾਵੇ ਜੀ। ਉਹ ਤੋਂ ਵੀ ਭਿਆਨਕ ਸਜ਼ਾ ਦਿੱਤੀ ਗਈ ਜੀ। ਮਾਂ ਗੁਜਰੀ, ਮਨ ਹੁਣ ਅੱਜ ਗੁਪਤ ਰੂਹਾਂ ਸ਼ਹੀਦ ਸਿੰਘ ਆ ਕੇ ਕਹਿੰਦੇ ਹੁਣ ਚੱਲੋ ਮਾਤਾ ਜੀ ਤੁਸੀਂ ਵੀ ਸੱਚਖੰਡ ਵਿੱਚ। ਤੋ ਗਾਉਂਦੇ ਹੁੰਦੇ ਸੀ ਮੇਰਾ ਨਾਮ ਗੁਜਰੀ ਮੇਰੀ ਅੱਲ ਗੁਜਰੀ, ਘੜੀ ਘੜੀ ਗੁਜਰੀ ਪਲ ਪਲ ਗੁਜਰੀ, ਮੇਰਾ ਨਾਮ ਗੁਜਰੀ ਆ ਮੇਰੀ ਅੱਲ ਵੀ ਗੁਜਰੀ ਆ, ਮੈਂ ਘੜੀ ਘੜੀ ਗੁਜਰੀ ਮੈਂ ਪਲ ਪਲ ਗੁਜਰੀ ਆ, ਮੇਰਾ ਨਾਮ ਗੁਜਰੀ ਮੇਰੀ ਅੱਲ ਗੁਜਰੀ, ਘੜੀ ਘੜੀ ਗੁਜਰੀ ਪਲ ਪਲ ਗੁਜਰੀ। ਪਹਿਲਾਂ ਕਹਿਣ ਲੱਗੇ ਪਹਿਲਾਂ ਮੈਂ ਪਤੀ ਦਿੱਤਾ, ਫਿਰ ਮੈਂ ਪੋਤੇ ਦਿੱਤੇ, ਆ ਹੁਣ ਮੌਤ ਮੈਨੂੰ ਕਹਿੰਦੀ ਹੈ ਚੱਲ ਗੁਜਰੀ। ਪਹਿਲਾਂ ਪਤੀ ਦਿੱਤਾ ਫਿਰ ਮੈਂ ਪੋਤੇ ਦਿੱਤੇ, ਆ ਹੁਣ ਮੌਤ ਮੈਨੂੰ ਕਹਿੰਦੀ ਏ ਚੱਲ ਗੁਜਰੀ। ਗੁਜਰੀ ਤਾਈਓ ਲੋਕ ਮੈਨੂੰ ਆਖਦੇ ਨੇ, ਜਿਹੜੀ ਆਈ ਗੁਜਰੀ ਉਹ ਮੈਂ ਚੱਲ ਗੁਜਰੀ। ਮੈਨੂੰ ਗੁਜਰੀ ਤਾਂ ਕਹਿੰਦੇ ਨੇ ਜਿਹੜੀ ਮੇਰੇ ਸਿਰ ਤੇ ਆਈ ਮੈਂ ਰੱਬ ਦੇ ਹੁਕਮ ਵਿੱਚ ਚੱਲ ਲਈ। ਕਹਿਣ ਲੱਗੇ ਮਾਤਾ ਗੁਜਰੀ ਜੀ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਸਨ, ਦਸਮ ਦੁਆਰ ਵਿੱਚ ਜਾ ਕੇ ਸਰੀਰ ਤਿਆਗ ਦਿੱਤਾ ਮਾਤਾ ਜੀ ਨੇ ਜੀ। ਲਾਸ਼ਾਂ ਸਾਹਿਬਜ਼ਾਦਿਆਂ ਦੀਆਂ ਪਈਆਂ, ਮਾਂ ਦੀ ਬੁਰਜ ਚ ਪਈ। ਵਜ਼ੀਰ ਖਾਨ ਨੂੰ ਪਤਾ ਲੱਗਾ ਮਾਂ ਵੀ ਸਰੀਰ ਤਿਆਗੀ। ਹਿੰਦੁਸਤਾਨ ਦੀ ਧਰਤੀ ਨੂੰ ਨਿਰਦਈ ਨਾ ਆਖੀਏ ਤੇ ਕੀ ਆਖੀਏ ਜੀ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇਸ ਦੇਸ਼ ਦੀ ਗੁਲਾਮੀ ਦੂਰ ਕਰਨ ਵਾਸਤੇ ਪਹਿਲਾਂ ਆਪ ਜੀ ਨੇ ਪਿਤਾ ਦਿੱਤਾ ਸੀ, ਮਾਫ ਕਰਿਓ ਪਿਤਾ ਦਾ ਸਰੀਰ ਚਾਂਦਨੀ ਚੌਂਕ ਚ ਪਿਆ ਰਿਹਾ ਸੀ, ਛੇਤੀ ਕਿਸੇ ਨੇ ਚੁੱਕਿਆ ਨਹੀਂ। ਅੱਜ ਸਾਹਿਬਜ਼ਾਦਿਆਂ ਦੇ ਸਰੀਰ ਵੀ ਉੱਥੇ ਸਰਹੰਦ ਵਿੱਚ ਪਏ, ਛੇਤੀ ਕੋਈ ਚੁੱਕਣ ਵਾਲਾ ਨਹੀਂ ਅੱਗੇ ਆਇਆ ਜੀ। ਇੱਕ ਹੋਰ ਰਵਾਇਤ ਹੈ, ਜਦੋਂ ਅਸੀਂ ਦਰਸ਼ਨ ਕਰਨ ਗਏ ਨਾ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਕਹਿਣ ਲੱਗੇ ਮਾਤਾ ਜੀ ਦਾ ਸਰੀਰ ਚੁੱਕ ਕੇ ਪਿੱਛੇ ਖੱਡ ਚ ਸੁੱਟ ਦਿੱਤਾ ਗਿਆ, ਪਰ ਸ਼ੇਰ ਮਾਤਾ ਜੀ ਦੇ ਸਰੀਰ ਤੇ ਪਹਿਰਾ ਦਿੰਦਾ ਰਿਹਾ ਜੀ। ਦੱਸਦੇ ਕਹਿਣ ਲੱਗੇ ਨੇੜੇ ਨਹੀਂ ਸੀ ਆਉਣ ਦਿੰਦਾ ਕਿਸੇ ਨੂੰ। ਉਸੇ ਸਰਹੰਦ ਦੇ ਵਿੱਚ ਜਿਹਦਾ ਜਹਾਜ਼ਾਂ ਦਾ ਕੰਮ ਹੈ ਨਾ, ਦੀਵਾਨ ਟੋਡਰ ਮੱਲ ਉਹਨੇ ਸਰਕਾਰ ਤੱਕ ਪਹੁੰਚ ਕੀਤੀ। ਪਤਾ ਨਹੀਂ ਮਹਾਰਾਜ ਨੇ ਉਹਦੇ ਕੋਲੋਂ ਕਿਹੜੀ ਸੇਵਾ ਲੈਣੀ ਸੀਗੀ, ਉਹਨੇ ਆਖਿਆ ਸਤਿਕਾਰ ਮੈਂ ਕਰਨਾ ਚਾਹੁੰਦਾ। ਵਜ਼ੀਰ ਖਾਂ ਕਹਿੰਦਾ ਤੂੰ ਅਮੀਰ ਬੰਦਾ ਕਰ ਤੇ ਲੈ, ਪਰ ਉਨੀ ਥਾਂ ਤੇ
ਜਿੰਨੀ ਥਾਂ ਤੇ ਸਤਿਕਾਰ ਕਰਨਾ, ਸੋਨੇ ਦੀਆਂ ਮੋੜੀਆਂ ਮੋਹਰਾਂ ਖੜੀਆਂ ਕਰਨੀਆਂ ਪੈਣੀਆਂ ਜੀ, ਵਿਛਾ ਕੇ ਥਾਂ ਘੇਰਦੀ, ਖੜੀ ਤੇ ਥਾਂ ਹੀ ਬੜੀ ਘੱਟ ਘੇਰਦੀ ਹੈ ਜੀ। ਉਹ ਅਮੀਰ ਸੀ, ਸੋਨੇ ਦੀਆਂ ਮੋਹਰਾਂ ਖੜੀਆਂ ਕੀਤੀਆਂ। ਤੇ ਸਾਧ ਸੰਗਤ ਜੀ, ਸੰਸਾਰ ਵਿੱਚ ਸਭ ਤੋਂ ਕੀਮਤੀ ਦੁੱਧ ਪੀਤਾ ਸਾਹਿਬਜ਼ਾਦਿਆਂ ਨੇ। ਉਧਰੋਂ ਮੋਤੀ ਰਾਮ ਮਹਿਰੇ ਦੀ ਮਾਂ ਨੂੰ ਸਭ ਤੋਂ ਪਹਿਲਾਂ ਕੋਹਲੂ ਵਿੱਚ ਪੀੜਿਆ ਗਿਆ ਜੀ। ਕੋਹਲੂ ਚੱਲਦਾ ਹੋਇਆ ਤੁਸੀਂ ਵੇਖਿਆ ਹੋਏਗਾ ਆਪਣੀ ਜ਼ਿੰਦਗੀ ਵਿੱਚ, ਪਰ ਕੋਹਲੂ ਦੇ ਵਿੱਚ ਬੰਦਾ ਪੀੜਦਾ ਕਦੀ ਨਹੀਂ ਵੇਖਿਆ ਹੋਏਗਾ ਜੀ। ਕੋਹਲੂ ਪੀੜੇ, ਕੋਹਲੂ 'ਚ ਮਾਂ ਨੂੰ ਪੀੜਿਆ, ਫਿਰ ਮਾਂ ਪਿਓ ਦੇ ਸਾਹਮਣੇ ਬੱਚੇ ਨੂੰ ਪੀੜਿਆ ਜਾਏ ਤਾਂ ਬੜੀ ਦਰਦ ਹੁੰਦੀ ਚੇ, ਫਿਰ ਮੋਤੀ ਰਾਮ ਅਤੇ ਮੋਤੀ ਰਾਮ ਦੀ ਪਤਨੀ ਦੇ ਸਾਹਮਣੇ ਉਹਦੇ ਬੱਚੇ ਨੂੰ ਪੀੜ ਦਿੱਤਾ ਗਿਆ, ਫਿਰ ਮੋਤੀ ਰਾਮ ਨੂੰ, ਉਹਦੀ ਪਤਨੀ ਨੂੰ ਫਿਰ ਕੋਹਲੂ 'ਚ ਪੀੜਿਆ ਗਿਆ, ਫਿਰ ਮੋਤੀ ਰਾਮ ਨੂੰ ਕੋਹਲੂ 'ਚ ਪੀੜਿਆ ਗਿਆ। ਅਤੇ ਸਾਧ ਸੰਗਤ, ਜਦੋਂ ਮੋਤੀ ਰਾਮ ਦੇ ਸਾਹਮਣੇ ਉਹਦੇ ਪੁੱਤ ਨੂੰ ਕੋਹਲੂ ਵਿੱਚ ਪੀੜਿਆ ਗਿਆ ਹੋਏਗਾ, ਉਹਦੇ ਹਿਰਦੇ 'ਤੇ ਕੀ ਬੀਤੀ ਹੋਏਗੀ ਜੀ। ਪਰ ਮੈਂ ਕਹਿੰਦਾ ਸਤਿਗੁਰੂ, ਜੇ ਤੁਸੀਂ ਸਿੱਖਾਂ ਵਾਸਤੇ ਸਰਬੰਸ ਵਾਰਤਾ ਨਾ, ਤੇ ਤੁਹਾਡੇ ਲਾਲਾਂ ਦੀ ਸੇਵਾ ਕਰਨ ਵਾਸਤੇ ਤੁਹਾਡੇ ਸਿੱਖ ਨੇ ਵੀ ਆਪਣਾ ਸਰਬੰਸ ਵਾਰ ਦਿੱਤਾ ਜੀ। ਜੇ ਸਰਬੰਸ ਦਾਨੀ ਮੋਤੀ ਰਾਮ ਮਹਿਰੇ ਨੂੰ ਕਿਹਾ ਜਾਏਗਾ ਨਾ, ਮਾਫ ਕਰਿਓ ਨਾ, ਗੁਰੂ ਦੀ ਕੁਰਬਾਨੀ ਨਹੀਂ ਘੱਟ ਜਾਣੀ। ਪਰ ਇੱਕ ਗੱਲ ਚੇਤਾ ਰੱਖੋ, ਸਰਬੰਸ ਵਾਰਿਆ ਖਾਲਸੇ ਵਾਸਤੇ, ਸਿੱਖਾਂ ਵਾਸਤੇ, ਤੇ ਗੁਰੂ ਕਿਹਾ ਸਿੱਖ ਨੇ ਗੁਰੂ ਦੇ ਲਾਲਾਂ ਦੀ ਸੇਵਾ ਵਾਸਤੇ ਸਰਬੰਸ ਵਾਰ ਦਿੱਤਾ ਜੀ। ਕਿੰਨਾ ਸੇਵਾ ਦਾ ਚਾਉ ਹੋਏਗਾ। ਟੋਡਰ ਮੱਲ ਖੜੀਆਂ ਕਰਦਾ ਮੋਹਰਾਂ, ਥਾਂ ਖਰੀਦਦਾ। ਅੱਜ ਜੋਤੀ ਸਰੂਪ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਬਣਿਆ ਹੋਇਆ, ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਉਸ ਸਥਾਨ ਨੂੰ ਕਿਹਾ ਜਾਂਦਾ ਹੈ ਜੀ। ਜਦੋਂ ਗੁਰੂ ਸਾਹਿਬ ਨੂੰ ਨਮਸਕਾਰ ਕਰੋਗੇ ਨਾ, ਇੱਕ ਪਾਸੇ ਸਾਈਡ 'ਤੇ ਥਾਂ ਬਣੀ, ਉਹਦੇ 'ਤੇ ਰੁਮਾਲਾ ਸਾਹਿਬ ਸਜਾ ਕੇ ਫੁੱਲ ਸਜਾਏ ਜਾਂਦੇ ਗੁਰਮੁਖਾਂ ਵੱਲੋਂ। ਇਹ ਉਹ ਥਾਂ ਹੈ ਜਿੱਥੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ ਸੀਗਾ ਜੀ। ਆਪੇ ਹੀ ਸਰੀਰ ਚੁੱਕੇ ਅਤੇ ਸਰੀਰ ਚੁੱਕ ਕੇ ਲੈ ਆਉਂਦੇ ਮਹਾਰਾਜ ਸੱਚੇ ਪਾਤਸ਼ਾਹ ਦਾ। ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਜਿੰਨੇ ਮੈਂਬਰ ਸਨ, ਉਹਨਾਂ ਦੇ ਜਦੋਂ ਸੰਸਕਾਰ ਹੋਏ ਨਾ, ਗੁਰੂ ਗੋਬਿੰਦ ਸਿੰਘ ਸਾਹਿਬ ਪਰਿਵਾਰ ਦੇ ਕਿਸੇ ਜੀ ਦੇ ਸੰਸਕਾਰ ਵਿੱਚ ਸ਼ਾਮਿਲ ਨਹੀਂ ਹੋਏ ਜੀ। ਪਿਤਾ ਜੀ ਦੇ ਸੰਸਕਾਰ ਕੇਵਲ ਸੀਸ ਦਾ ਵੇਖਿਆ, ਧੜਦਾ ਦਿੱਲੀ ਹੋਇਆ ਸਾਧ ਸੰਗਤ ਜੀ। ਵੱਡੇ ਸਾਹਿਬਜ਼ਾਦਿਆਂ ਦਾ ਚਮਕੌਰ ਦੀ ਗੜੀ 'ਤੇ ਹੋ ਗਿਆ, ਮਾਂ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸਰਹੰਦ ਦੀ ਧਰਤੀ 'ਤੇ ਹੋ ਗਿਆ, ਮਹਿਲਾਂ ਦਾ ਦਿੱਲੀ ਦੀ ਧਰਤੀ 'ਤੇ ਹੋ ਗਿਆ ਜੀ। ਮਹਾਰਾਜ ਨੇ ਇੱਕ ਦਾ ਵੀ ਆਪਣੇ ਅੱਖੀਂ, ਇੱਥੋਂ ਤੱਕ ਮਾਤਾ ਜੀਤੋ ਨੇ ਮਹਾਰਾਜ ਦੀ ਹਾਜ਼ਰੀ 'ਚ ਸਰੀਰ ਤਿਆਗਿਆ। ਸਤਿਗੁਰੂ ਨੇ ਅਗੰਮਪੁਰੇ, ਉੱਥੇ ਅਨੰਦਪੁਰ ਸਾਹਿਬ ਵਿੱਚ ਸਥਾਨ ਹੈ, ਮਹਾਰਾਜ ਨੇ ਬਾਬਾ ਅਜੀਤ ਸਿੰਘ ਸਾਹਿਬ ਨੂੰ ਸੰਸਕਾਰ 'ਤੇ ਭੇਜਿਆ, ਆਪ ਨਹੀਂ ਸੀ ਗਏ ਜੀ। ਇੱਕ ਵੀ ਮੈਂਬਰ ਦੇ ਸਰੀਰ ਦੇ ਸੰਸਕਾਰ ਵਿੱਚ ਆਪ ਸ਼ਾਮਿਲ ਨਹੀਂ ਹੋਏ, ਪਰ ਸਰੀਰ ਕਰਕੇ ਗੁਪਤ ਰੂਪ ਵਿੱਚ ਤਾਂ ਸਤਿਗੁਰੂ ਸਾਰੀਆਂ ਥਾਵਾਂ 'ਤੇ ਨੇ। ਟੋਡਰ ਮੱਲ ਨੂੰ ਪ੍ਰੇਰਿਤ ਕੌਣ ਕਰ ਰਿਹਾ ਜੀ? ਸਤਿਗੁਰੂ ਹੀ ਕਰ ਰਹੇ ਨੇ ਜੀ। ਉਧਰੋਂ ਸਤਿਗੁਰੂ ਰਾਏ ਇਕੱਲੇ ਪਹੁੰਚੇ ਸਨ। ਜਦੋਂ ਮਹਾਰਾਜ ਰਾਏ ਇਕੱਲੇ ਪਹੁੰਚੇ, ਰਾਏ ਇਕੱਲੇ ਦੇ ਕੋਲ ਉਹਨੂੰ ਆਖਿਆ, ਪਤਾ ਕਰੋ ਸਾਡੇ ਛੋਟੇ ਲਾਲਾਂ ਦਾ ਕੀ ਬਣਿਆ। ਸਾਧ ਸੰਗਤ, ਨੂਰਾ ਮਾਹੀ ਵਾਗੀ ਸੀ ਉਹ, ਫਿਰ ਸਰਹੰਦ ਵਿੱਚ ਫਿਰ ਕੇ ਪਤਾ ਕਰਦਾ ਸਾਰਾ ਕੁਝ। ਕਈ ਤਾਂ ਕਹਿੰਦੇ ਵੀ ਉਹ ਉਸ ਸਮੇਂ ਪਹੁੰਚ ਚੁੱਕਾ ਸੀ ਜਦੋਂ ਸਾਹਿਬਜ਼ਾਦੇ ਸ਼ਹੀਦ ਹੋਏ ਜੀ। ਅਤੇ ਦੱਸਦੇ ਮਹਾਰਾਜ ਸੱਚੇ ਪਾਤਸ਼ਾਹ ਰਾਏ ਇਕੱਲੇ ਨੂੰ ਕਹਿੰਦੇ, ਰਾਏ ਇਕੱਲੇ ਪਤਾ ਕਰੋ ਨੂਰਾ ਆਇਆ ਨਹੀਂ ਅਜੇ ਤੱਕ। ਰਾਏ ਇਕੱਲਾ ਕਹਿੰਦਾ, ਜੀ ਇੰਨੀ ਛੇਤੀ ਕਿਵੇਂ ਆਏਗਾ? ਅਗਲੇ ਦਿਨ ਸਤਿਗੁਰੂ ਫਿਰ ਕਹਿਣ ਲੱਗੇ, ਰਾਏ ਇਕੱਲੇ ਪਤਾ ਕਰੋ ਨੂਰਾ ਨਹੀਂ ਆਇਆ। ਰਾਏ ਇਕੱਲਾ ਕਹਿੰਦਾ, ਨਹੀਂ ਜੀ ਇੰਨੀ ਛੇਤੀ ਕਿੱਥੋਂ ਆਏਗਾ? ਸ਼ਾਮ ਪੈ ਗਈ, ਸਤਿਗੁਰੂ ਕਹਿੰਦੇ, ਰਾਏ ਇਕੱਲੇ ਪਤਾ ਕਰ ਨੂਰਾ ਆ ਨਹੀਂ ਰਿਹਾ। ਤੀਜੀ ਵਾਰੀ ਰਾਏ ਇਕੱਲੇ ਨੇ ਨਾਂਹ ਨਹੀਂ ਕੀਤੀ, ਸਤਿਗੁਰੂ ਬਾਰ ਬਾਰ ਕਹਿ ਰਹੇ ਨੇ। ਰਾਏ ਇਕੱਲੇ ਦੇ ਅਨੁਸਾਰ ਨੂਰੇ ਨੇ 2 ਦਿਨ ਬਾਅਦ ਪਹੁੰਚਣਾ ਸੀਗਾ ਜੀ, ਜੋ ਉਹਦੇ ਅਨੁਸਾਰ ਸੀ।
ਕਹਿਣ ਲੱਗੇ ਸਤਿਗੁਰੂ ਤੁਸੀਂ ਜਾਣੀ ਜਾਣ ਪਤਾ ਮਹਾਰਾਜ ਦਇਆ ਸਿੰਘ ਜੀ ਨੂੰ ਕਹਿੰਦੇ ਦਇਆ ਸਿੰਘ ਰੁੱਖ ਤੇ ਚੜ ਵੇਖ ਕੋਈ ਆ ਰਿਹਾ। ਭਾਈ ਦਇਆ ਸਿੰਘ ਜੀ ਰੁੱਖ ਤੇ ਚੜੇ ਕਹਿਣ ਲੱਗੇ ਸਤਿਗੁਰੂ ਦੂਰੋਂ ਝੌਲਾ ਜਿਹਾ ਪੈਂਦਾ ਕੋਈ ਮਨੁੱਖ ਪੁਰਸ਼ ਕੋਈ ਹੈ ਸਾਡੇ ਵੱਲ ਤੁਰਿਆ ਆ ਰਿਹਾ। ਸਤਿਗੁਰੂ ਕਹਿਣ ਲੱਗੇ ਇਹੋ ਹੀ ਨੂਰਾ ਹੈ। ਜਦੋਂ ਨੂਰਾ ਆਇਆ ਨਾ ਸ਼ਾਮ ਦਾ ਸਮਾਂ ਸੀਗਾ ਕਹਿੰਦੇ ਉਹਨੇ ਇਸ ਤਰ੍ਹਾਂ ਮੂੰਹ ਤੇ ਹੱਥ ਰੱਖ ਲਏ ਮੂੰਹ ਲੁਕਾ ਲਿਆ ਆਪਣਾ। ਸਤਿਗੁਰੂ ਕਹਿੰਦੇ ਨੂਰਿਆ ਤੂੰ ਮੂੰਹ ਕਿਉਂ ਲੁਕਾਇਆ। ਕਹਿਣ ਲੱਗਾ ਸਤਿਗੁਰੂ ਮੂੰਹ ਇਸ ਕਰਕੇ ਲੁਕਾ ਲਿਆ ਇਸ ਸ਼ਾਮ ਨੂੰ ਮੈਂ ਕਿਵੇਂ ਦੱਸਾਂ ਤੁਹਾਡੇ ਬੱਚਿਆਂ। ਮਹਾਰਾਜ ਇਹ ਭਾਗੀ ਸ਼ਾਮ ਹੈ ਸਤਸੰਗ ਜੀ ਕਿਸੇ ਬਾਪ ਦੇ ਬੱਚਿਆਂ ਦਾ ਇਸ ਤਰ੍ਹਾਂ ਦਾ ਹਾਲ ਕੀਤਾ ਹੋਵੇ ਬਾਪ ਨੂੰ ਸੁਣਾਉਣਾ ਹੋਵੇ ਸੁਣਾਉਣ ਵਾਲੇ ਦਾ ਹਿਰਦਾ ਵੀ ਤੇ ਕੰਬਦਾ ਹੀ ਹੈ। ਮੈਂ ਕਿਵੇਂ ਦੱਸਾਂ ਮਹਾਰਾਜ ਅਭਾਗੀ ਸ਼ਾਮ ਹੈ। ਮਹਾਰਾਜ ਕਹਿੰਦੇ ਨੂਰਿਆ ਸਾਨੂੰ ਇਹੋ ਜਿਹੀਆਂ ਸ਼ਾਮਾਂ ਦੇ ਸੰਦੇਸ਼ੇ ਸੁਣਨ ਦੀ ਆਦਤ ਹੈ। ਕਿਉਂ ਜਿਸ ਦਿਨ ਸਾਡੇ ਪਿਤਾ ਜੀ ਦਾ ਸੀਸ ਆਇਆ ਉਦੋਂ ਸ਼ਾਮ ਹੀ ਸੀ। ਕਹਿਣ ਲੱਗੇ ਜੁਝਾਰ ਸਿੰਘ ਜੰਗ ਚ ਸ਼ਹੀਦ ਹੋ ਰਹੇ ਸਨ ਕਹਿਣ ਲੱਗੇ ਉਦੋਂ ਵੀ ਸ਼ਾਮ ਹੀ ਸੀ। ਅੱਜ ਤੂੰ ਸੰਦੇਸ਼ਾ ਲੈ ਕੇ ਆਇਆ ਉਦੋਂ ਵੀ ਸ਼ਾਮ ਹੈ। ਸੰਦੇਸ਼ਾ ਸੁਣਨ ਤੋਂ ਪਹਿਲਾਂ ਤੀਰ ਨਾਲ ਕਾਈ ਦਾ ਬੂਟਾ ਪੁੱਟਤਾ ਕਹਿਣ ਲੱਗੇ ਪਰ ਇਹਦੇ ਤੋਂ ਬਾਅਦ ਮੁਗਲਾਂ ਵਾਸਤੇ ਇਸ ਧਰਤੀ ਤੇ ਸਦਾ ਵਾਸਤੇ ਸ਼ਾਮ ਪੈ ਜਾਏਗੀ। ਕਹਿਣ ਲੱਗੇ ਖਤਮ ਕਰ ਦਿਆਂਗੇ ਰਾਜ। ਨਾਲ ਸਾਧ ਸੰਗਤ ਸਤਿਗੁਰੂ ਨੇ ਕਿਹਾ ਨੂਰਿਆ ਤੂੰ ਰੂਬਰੂ ਸੈ ਸੱਚ ਸੱਚ ਦੱਸੀ ਕਿਤੇ ਕਹਿਰ ਨਾ ਕਮਾਈ ਕੋਈ ਹਿੰਜ ਤੇ ਨਾ ਕੇਰੀ ਕੋਈ ਆਹ ਤੇ ਨਾ ਕੱਢੀ ਮੇਰੇ ਲਾਲਾਂ ਨੇ ਉੱਚੀ ਸਾਹ ਤੇ ਨਾ ਕੱਢੀ ਜਦੋਂ ਤੇਸੀ ਦੀ ਲੱਗੀ ਸੱਟ ਸੀ ਕਰਾਰੀ ਫਤਿਹ ਸਿੰਘ ਨੇ ਉੱਚੀ ਚੀਕ ਤੇ ਨਾ ਮਾਰੀ। ਦੱਸ ਕਹਿਣ ਲੱਗੇ ਕਹਿੰਦੇ ਸਰਹੰਦ ਤੋਂ ਸੁਨੇਹਾ ਆਇਆ ਲਾਲ ਤੁਰ ਗਏ ਸ਼ਹੀਦ ਹੋ ਗਏ ਦੋਵੇਂ ਨੂੰ ਨਿਹਾਲ ਤੁਰ ਗਏ। ਮਹਾਰਾਜ ਸਰਹੰਦ ਦਾ ਸੁਨੇਹਾ ਸੁਣ ਲਓ ਆਪ ਜੀ ਦੇ ਦੋਵੇਂ ਬੱਚੇ ਸ਼ਹੀਦ ਹੋ ਚੁੱਕੇ ਹਨ ਸਤਿਗੁਰੂ। ਮਹਾਰਾਜ ਬੱਚੇ ਸ਼ਹੀਦ ਹੋ ਗਏ ਨੇ ਤੁਹਾਡੇ ਮਾਤਾ ਜੀ ਸ਼ਹੀਦ ਹੋ ਗਏ ਹਨ। ਟੋਡਰ ਮੱਲ ਨੇ ਸੰਸਕਾਰ ਕੀਤਾ ਮੋਤੀ ਮਹਿਰੇ ਨੇ ਦੁੱਧ ਪਿਆਇਆ ਹੈ। ਸਾਧ ਸੰਗਤ ਆਓ ਪੰਕਤੀ ਪੜੋ ਸਾਰੇ। ਸਰਹੰਦ ਤੋਂ ਸੁਨੇਹਾ ਆਇਆ ਲਾਲ ਤੁਰ ਗਏ ਸ਼ਹੀਦ ਹੋ ਗਏ ਦੋਵੇਂ ਨੂੰ ਨਿਹਾਲ ਤੁਰ ਗਏ। ਜਪੋ ਸਰਹੰਦ ਤੋਂ ਸ਼ਹੀਦ ਹੋ ਗਏ ਦੋਵੇਂ ਨੂੰ ਨਿਹਾਲ ਸਰਹੰਦ ਤੋਂ ਸੁਨੇਹਾ ਆਇਆ ਲਾਲ ਤੁਰ ਗਏ ਸ਼ਹੀਦ ਹੋ ਗਏ ਦੋਵੇਂ ਨੂੰ ਨਿਹਾਲ ਸਰਹੰਦ ਤੋਂ ਸੁਨੇਹਾ ਆਇਆ ਲਾਲ ਤੁਰ ਗਏ ਸ਼ਹੀਦ ਹੋ ਗਏ ਦੋਵੇਂ ਨੌ ਨਿਹਾਲ ਤੁਰ ਗਏ ਸ਼ਹੀਦ ਹੋ ਗਏ। ਸਤਿਗੁਰੂ ਮਹਾਰਾਜ ਸੁਣ ਕੇ ਨੇਤਰਾਂ ਚ ਬੈਰਾਗ ਨਹੀਂ ਧਾਰਨ ਕੀਤਾ ਵੀਰ ਰਸ ਵਿੱਚ ਆਏ। ਕਹਿਣ ਲੱਗੇ ਉਹ ਤੇ ਸ਼ਹੀਦ ਹੋ ਗਏ ਪਰ ਪੰਥ ਦੀਆਂ ਨੀਹਾਂ ਹੋਰ ਮਜ਼ਬੂਤ ਕਰਕੇ ਕਹਿਣ ਲੱਗੇ ਜਿਹੜੇ ਪੰਥ ਨੂੰ ਅਸੀਂ ਵਿਸਾਰਿਆ ਨਾ ਸਾਜਿਆ ਉਹਦੀਆਂ ਨੀਹਾਂ ਮਜ਼ਬੂਤ ਕਰ ਗਏ ਸਾਡੇ ਬੱਚੇ। ਕਹਿਣ ਲੱਗੇ ਦਇਆ ਸਿੰਘ ਅੱਜ ਸਿਰ ਹੋਰ ਉੱਚਾ ਹੋ ਗਿਆ। ਅੱਗੇ ਚਮਕੌਰ ਦੀ ਗੜੀ ਵਿੱਚ ਆਖਿਆ ਸੀ ਸ਼ਹੀਦਾਂ ਦਾ ਬਾਪ ਹੈ ਅੱਜ ਕਹਿਣਗੇ ਸ਼ਹੀਦ ਮਾਂ ਦਾ ਪੁੱਤ ਹੈ ਗੁਰੂ ਗੋਬਿੰਦ ਸਿੰਘ ਜੀ। ਮਾਂ ਗੁਜਰੀ ਜੀ ਦੀ ਸ਼ਹਾਦਤ ਬਾਰੇ ਸੁਣਿਆ ਕੋਈ ਵੀ ਹੋਵੇ ਜੀ ਜਦੋਂ ਮਾਂ ਦੇ ਸਰੀਰ ਤਿਆਗਣ ਬਾਰੇ ਪਤਾ ਲੱਗੇ ਇੱਕ ਵਾਰੀ ਤੇ ਅੰਦਰ ਹਿੱਲਦਾ ਹੀ ਹੈ। ਸਤਿਗੁਰੂ ਬੈਰਾਗ ਨਹੀਂ ਕਰਦੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਚੜ੍ਹਦੀ ਕਲਾ ਵਾਲਾ ਬਚਨ ਕਰਦੇ ਹਨ। ਤੇ ਅਖੀਰ ਤੇ ਮੈਂ ਅੱਗੇ ਵੀ ਬੜੀ ਬੜੀ ਬੇਨਤੀ ਕੀਤੀ ਅੱਜ ਫਿਰ ਕਰਨ ਲੱਗਾ ਵਜ਼ੀਰ ਖਾਨ ਦਾ ਕੀ ਬਣਿਆ ਜੀ
ਉਹ ਤੇ ਸਾਨੂੰ ਗੁਰਮੁਖ ਰੋਈ ਦੱਸ ਸਕਦੀ ਨਾ। ਸਾਨੂੰ ਇਹ ਵੀ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਮਾਂ ਨੂੰ ਸ਼ਹੀਦ ਕਰਾਇਆ, ਉਹਨੂੰ ਸਜ਼ਾ ਕੀ ਮਿਲੀ? ਇੱਥੇ ਤੇ ਦੋ ਟੋਟੇ ਹੋ ਗਏ, ਪਰ ਰੱਬ ਵੱਲੋਂ ਕੀ ਸਜ਼ਾ ਦਿੱਤੀ? ਮੈਂ ਅੱਗੇ ਵੀ ਬੜੀ ਵਾਰੀ ਦੱਸਿਆ ਆਪ ਜੀ ਨੂੰ, ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਕਮਾਈ ਵਾਲੀ ਰੂਹ, ਇੱਕ ਖਲੋਤੇ ਕੁੱਤਾ ਆਇਆ ਲਾਗੇ ਜੀ, ਬਾਬਾ ਜੀ ਵੱਲੋਂ ਕੁੱਤੇ ਨੇ ਵੇਖਿਆ, ਹੱਥ ਚ ਸਿੰਘਾਂ ਨੂੰ ਆਖਿਆ ਡਾਂਗ ਫੜਾਓ, ਨਾ ਡਾਂਗ ਫੜਾਈ, ਲੱਕ ਤੇ ਮਾਰ ਕੇ ਨਾ ਉਹਦਾ ਲੱਕ ਤੋੜ ਦਿੱਤਾ ਕੁੱਤੇ ਦਾ ਜੀ। ਉਹ ਰੌਲਾ ਪਾਉਂਦਾ ਹੋਇਆ ਉੱਥੋਂ ਗਿਆ ਜੀ। ਸਿੰਘ ਕਹਿੰਦੇ ਬਾਬਾ ਜੀ, ਆਪ ਜੀ ਤੇ ਕਿਸੇ ਨੂੰ ਇਸ ਤਰ੍ਹਾਂ ਨਹੀਂ ਕਰਦੇ, ਅੱਜ ਤੁਸੀਂ ਇਸ ਤਰ੍ਹਾਂ ਕੀਤਾ, ਕਾਰਨ ਕੀ ਹੈ? ਤੇ ਫਿਰ ਮਹਾਂਪੁਰਖਾਂ ਘੁੰਡੀ ਖੋਲੀ, ਕਹਿਣ ਲੱਗੇ ਭਾਈ ਇਸ ਕੁੱਤੇ ਦੇ ਵਿੱਚ ਜਿਹੜੀ ਰੂਹ ਹੈ ਨਾ ਉਹ ਵਜੀਦੇ ਦੀ ਹੈ। ਕਹਿਣ ਲੱਗੇ ਵਜ਼ੀਰ ਖਾਂ ਦੀ ਰੂਹ ਹੈ, ਪਰਮੇਸ਼ਰ ਦੇ ਘਰ ਵੱਲੋਂ ਸਜ਼ਾ ਮਿਲੀ ਹੈ। ਜਿੰਨਾ ਚਿਰ ਤੱਕ ਧਰਤੀ ਰਹੇਗੀ ਵਜ਼ੀਰ ਖਾਂ ਕੁੱਤੇ ਦਾ ਸਰੀਰ ਧਾਰਨ ਕਰੇਗਾ। ਕਹਿਣ ਲੱਗੇ ਪਰ ਨਾਲ ਹੀ ਕਹਿਣ ਲੱਗੇ ਸਿੰਘੋ, ਉਹ ਕੁੱਤੇ ਦੇ ਸਰੀਰ ਵਿੱਚ ਵੀ ਵਜ਼ੀਰ ਖਾਂ ਸੁਖੀ ਨਹੀਂ ਰਹੇਗਾ। ਕਹਿਣ ਲੱਗੇ ਕੁੱਤੇ ਦੇ ਸਰੀਰ ਵਿੱਚ ਵੀ ਉਹ ਦੁਖੀ ਰਹੇਗਾ, ਪਰਮੇਸ਼ਰ ਦੇ ਘਰ ਵੱਲੋਂ ਉਹਨੂੰ ਸਜ਼ਾ ਮਿਲੀ ਹੈ। ਸਤਿਗੁਰੂ ਮਿਹਰ ਕਰਨ, ਕਿਰਪਾ ਕਰਨ ਸਾਧ ਸੰਗਤ ਜੀ, ਗੁਰੂ ਕੇ ਲਾਲਾਂ ਦੀ ਸ਼ਹੀਦੀ ਸੁਣਾਉਣੀ ਸਾਡੇ ਕਥਾਵਾਚਕ ਵੀਰਾਂ ਦਾ, ਮੇਰੇ ਵਰਗਿਆਂ ਦਾ ਧੰਦਾ ਬਣਿਆ ਹੋਇਆ ਜੀ। ਅਸੀਂ ਸੁਣਾਉਂਦੇ, ਸਾਨੂੰ ਮਾਇਆ ਮਿਲਦੀ ਹੈ, ਪਰ ਪਿਛਲੇ ਸਾਲ ਤੇ ਬੜੀ ਤਿਆਰੀ ਕਰਕੇ ਸੁਣਾਉਣ ਦਾ ਜੀ ਕਰਦਾ ਸੀ। ਇਸ ਵਾਰ ਮੈਂ ਭਾਈ ਸਾਹਿਬ ਨੂੰ ਪੁੱਛ ਲਓ, ਮੈਂ ਕਹਿੰਦਾ ਸਾਂ ਕਿ ਇੱਕੋ ਗੱਲ ਬਾਰ ਬਾਰ ਕਿਸ ਤਰ੍ਹਾਂ ਸੁਣਾਵਾਂਗੇ, ਜੀਭ ਬੜੀ ਛੋਟੀ ਹੈ, ਗੱਲ ਬੜੀ ਵੱਡੀ ਹੈ, ਕਿਤੇ ਇਮੋਸ਼ਨਲ ਕਰਨ ਦਾ ਬਸ ਕੰਮ ਹੀ ਨਾ ਸਾਡਾ ਬਣ ਜੇ ਵੀ ਆਪਾਂ ਸੰਗਤ ਨੂੰ ਇਮੋਸ਼ਨਲ ਕਰਨਾ। ਗੁਰੂ ਗੋਬਿੰਦ ਸਿੰਘ ਦੇ ਪੁੱਤ ਸ਼ਹੀਦ ਹੋ ਗਏ, ਸਾਡੇ ਵਰਗੇ ਬੰਦੇ ਬਸ ਕਥਾ ਸੁਣਾ ਕੇ ਮਾਇਆ ਲੈਣ ਵਾਲੇ ਨੇ ਬਸ ਜੀ। ਪਰ ਜੇ ਨਾ ਇਤਿਹਾਸ ਸੁਣਾਈਏ ਫਿਰ ਵੀ ਗੱਲ ਬਣਦੀ ਨਹੀਂ, ਇਤਿਹਾਸ ਦਾ ਪਤਾ ਕਿਵੇਂ ਲੱਗੇਗਾ? ਇਤਿਹਾਸ ਸੁਣਾਉਣਾ ਮਜਬੂਰੀ ਵੀ ਬਣ ਜਾਂਦੀ, ਪਰ ਇਹਨਾਂ ਦਰਦਨਾਕ ਇਤਿਹਾਸ ਜੀਭ ਤੋਂ ਬੋਲਿਆ ਨਹੀਂ ਚ ਜਾਂਦਾ। ਸਤਿਗੁਰੂ ਮਿਹਰ ਕਰਨ, ਇੰਨੇ ਦਿਨ ਦੀ ਕਥਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਮੈਨੂੰ ਮਾਫ਼ ਕਰ ਦਿਓ, ਮੇਰੀ ਝੋਲੀ 'ਚ ਪਾ ਦਿਓ, ਮਾਫ਼ ਕਰ ਦਿਓ ਸਤਸੰਗ ਜੀ। ਅਰਦਾਸ ਕਰਿਓ ਅੰਦਰੋਂ ਬਾਹਰੋਂ ਜੁੜ ਜਾਈਏ ਗੁਰੂ ਸਾਹਿਬ ਦੇ ਚਰਨਾਂ ਨਾਲ, ਜਿਹੜੇ ਦਸਵੇਂ ਪਾਤਸ਼ਾਹ ਇੰਨਾ ਕੁਝ ਦੇ ਗਏ, ਬਸ ਅੰਦਰੋਂ ਬਾਹਰੋਂ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਈਏ। ਸਤਿਗੁਰੂ ਜੀ ਸਾਡੇ 'ਤੇ ਦਇਆ ਕਰਨ, ਬਾਹਰ ਜਲ ਪਾਣੀ ਤਿਆਰ ਹੈ, ਸਾਹਿਬਜ਼ਾਦਿਆਂ ਨੇ ਦੁੱਧ ਪੀਤਾ ਸੀਗਾ, ਗੁਰਮੁਖਾਂ ਦਾ ਫੁਰਨਾ ਸੀਗਾ, ਅੱਜ ਰਾਤ ਨੂੰ ਦੁੱਧ ਦਾ ਹੀ ਲੰਗਰ ਲਗਾਇਆ ਜਾਵੇ। ਸਤਸੰਗਤ ਜੀ, ਸਤਿਗੁਰੂ ਮਿਹਰ ਕਰਨ, ਦਇਆ ਕਰਨ। ਫਿਰ ਬੇਨਤੀ ਹੈ, ਇਹ ਇਤਿਹਾਸ ਅਸੀਂ ਸ਼ੌਂਕ ਨਾਲ ਨਹੀਂ ਸੁਣਾਉਂਦੇ ਤੁਹਾਨੂੰ ਜੀ, ਸਾਨੂੰ ਬੜਾ ਸ਼ੌਂਕ ਹੋਏ। ਤਿੰਨ ਕਥਾਵਾਂ ਨਾ ਸੱਚੀ ਗੱਲ 'ਚ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਇਹ ਮੈਂ ਇਹ ਕਹਿੰਦਾ ਵੀ ਇਹ ਦਿਨ ਤੇ ਬੋਲੀਏ ਹੀ ਨਾ ਤੇ ਕੁਛ ਚੰਗਾ ਜੀ। ਕੀ ਸਾਡੀ ਜ਼ੁਬਾਨ ਬੜੀ ਛੋਟੀ ਸਾਧ ਸੰਗਤ, ਕੀ ਆਪਾਂ ਗੁਰੂ ਬਾਰੇ ਦੱਸ ਲਵਾਂਗੇ? ਗੱਲਾਂ ਬੜੀਆਂ ਵੱਡੀਆਂ, ਜੀਭ ਬੜੀ ਛੋਟੀ ਹੈ, ਕਰਤੂਤ ਪੱਲੇ ਨਹੀਂ ਸਾਡੇ, ਕਿਵੇਂ ਇੰਨਾ ਵੱਡਾ ਇਤਿਹਾਸ ਦੱਸ ਦਈਏ ਜੀ। ਸਤਿਗੁਰੂ ਮਿਹਰ ਕਰਨ, ਦਇਆ ਕਰਨ, ਜਿੰਨਾ ਕੋਈ ਇਤਿਹਾਸ ਬੋਲਿਆ ਪ੍ਰਵਾਨ ਕਰ ਲਿਓ, ਬੜੀਆਂ ਹੀ ਭੁੱਲਾਂ ਹੋਈਆਂ ਜੀ। ਕਿਉਂ ਇਹ ਜਿੰਨਾ ਦੱਸਿਆ ਨਾ, ਜੋ ਵਿਦਵਾਨਾਂ ਲਿਖਿਆ ਉਹਨੂੰ ਪੜ੍ਹ ਕੇ ਦੱਸਿਆ ਜੀ, ਆਪਣੀ ਕੋਈ ਅਨੁਭਵ ਨਹੀਂ ਹੈ। ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਸਤਿਗੁਰੂ ਦਇਆ ਕਰਨ, ਇਸੇ ਤਰ੍ਹਾਂ ਆਪ ਸੰਗਤਾਂ ਦੀ ਸੇਵਾ ਕਰਦੇ ਰਹੀਏ। ਹੁਣ ਇੱਕ ਭਾਈ ਧਨਵੰਤ ਸਿੰਘ ਜੀ ਦਾ ਪਚੰਗੀ, ਇੱਕ ਸਾਹਮਣੇ ਵੀਰ ਬੈਠਾ, ਇਹਨਾਂ ਕਵਿਤਾ ਪੜ੍ਹਨੀ ਹੈ। ਹਰ ਸਾਲ ਬੱਚੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਦਿਨ ਕਵਿਤਾ ਸੰਗਤ ਨੂੰ ਸੁਣਾਉਂਦੇ ਨੇ, ਇਹ ਕਵਿਤਾ ਗਾਇਨ ਕਰਨਗੇ, ਫਿਰ ਸਾਧ ਸੰਗਤ ਦੀ ਸੰਪੂਰਨਤਾ ਹੀ ਹੋਏਗੀ।
ਜਲ ਪਾਣੀ ਛੱਕ ਕੇ ਜਾਇਓ, ਦਾਸ ਦੀਆਂ ਭੁੱਲਾਂ ਮਾਫ਼ ਕਰ ਦਿਓ। ਅਰਦਾਸ ਕਰਿਓ ਮਹਾਰਾਜ, ਸਿੱਖੀ ਦਾ ਕਿਣਕਾ ਹੀ ਸਾਡੀ ਝੋਲੀ ਵਿੱਚ ਪਾ ਦਿਓ ਜੀ। ਬਹੁਤੇ ਸਿੱਖੀ ਤਾਂ ਸਾਂਭ ਹੀ ਨਹੀਂ ਸਕਦੇ ਅਸੀਂ। ਸਤਿਗੁਰੂ, ਸਿੱਖੀ ਦਾ ਕਿਣਕਾ ਜਿਹੜਾ ਨਾ ਸਾਡੀ ਝੋਲੀ ਚ ਪਾ ਦਿਓ, ਸਾਡੇ ਤੇ ਕਿਰਪਾ ਕਰ ਦਿਓ। ਸਤਿਗੁਰੂ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਿਓ। ਸਾਰੀ ਸੰਗਤ ਦੋ ਮੈਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।